ਲਓ ਜੀ ਸੱਜਣੋ ਮਿੱਤਰੋ, ਬੇਲੀਓ ਵੀਰੋ ਤੇ ਭਰਾਓ, ਪੰਜਾਬੀ ਬੈਠਕ ਦੀ ਟੀਮ ਮਿਰਜ਼ਾ ਨਵੀਦ ਹੁਸੈਨ, ਸੋਬੀਆ ਅਨਵਰ ਰਾਣਾ, ਤਾਰ ਤੇ ਬੰਦਾ ਚੀਜ਼ ਕਾਬਲਾ ਬਾਜਾ ਵੱਲੋਂ ਸਾਰੇ ਵੀਰਾਂ ਨੂੰ ਅਸਲਾਮ ਅਲੈਕੁਮ। ਜਿਸ ਤਰ੍ਹਾਂ ਕਿ ਸਾਰਿਆਂ ਵੀਰਾਂ ਨੂੰ ਪਤਾ ਕਿ ਅਸੀਂ ਮੁਖਤਲਿਫ ਪਿੰਡਾਂ ਦੀ ਸੈਰ ਕਰਵਾਉਂਦੇ ਹਾਂ ਅਤੇ ਜਿਹੜੇ ਪਿੰਡਾਂ ਦੇ ਮਸਲੇ ਮਸਾਇਲ ਨੇ ਉਹਨਾਂ ਨੂੰ ਪੰਜਾਬੀ ਬੈਠਕ ਦੇ ਜ਼ਰੀਏ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਸ ਤਰ੍ਹਾਂ ਹੀ ਅੱਜ ਅਸੀਂ ਤੁਹਾਨੂੰ ਪਿੰਡ ਰੁੜਕੀ ਬਾਜਵਾਈ ਸੈਰ ਕਰਾਵਾਂਗੇ, ਜਿਹਦੀ ਤਹਿਸੀਲ ਪਸਰੂਰ ਅਤੇ ਜ਼ਿਲ੍ਹਾ ਸਿਆਲਕੋਟ ਹੈ। ਅਤੇ ਆਹ ਹੁਣ ਪਿੰਡ ਰੁੜਕੀ ਚੱਲਦੇ ਹਾਂ ਅਤੇ ਇਸ ਦੇ ਜਿਹੜੇ ਮਸਲੇ ਮਸਾਇਲ ਨੇ ਉਹਨੂੰ ਪੰਜਾਬੀ ਬੈਠਕ ਦੇ ਜ਼ਰੀਏ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲਓ ਜੀ ਸੱਜਣੋ ਮਿੱਤਰੋ, ਬੇਲੀਓ ਵੀਰੋ ਤੇ ਭਰਾਓ, ਦੇਸ਼ ਤੇ ਪ੍ਰਦੇਸ਼ ਵਿੱਚ ਰਹਿਣ ਵਾਲੇ ਉਹ ਪੰਜਾਬੀ ਬੈਠਕ ਚੁੰਡਾਈ ਟੀਮ ਅੱਜ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਰਿਕਾਰਡ ਕਰਦੀ ਪਈ ਹੈ ਰੁੜਕੀ। ਅਤੇ ਜਿਹੜਾ ਅੱਜ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਪਏ ਹਾਂ, ਖਸੂਸੀ ਦਾਅਵਤ ਸਾਡੇ ਭਾਈ ਚੌਧਰੀ ਨਾਸਰ ਅਲੀ ਬਾਜਵਾ ਸਾਹਿਬ ਜਿਹੜੇ ਕਿ ਕੋਰੀਆ ਰਹਿੰਦੇ ਨੇ, ਅਤੇ ਉਹਨਾਂ ਨੇ ਵੀ ਸਾਡੇ ਬਾਹਰ ਪ੍ਰੋਗਰਾਮ ਦੇਖੇ ਅਤੇ ਇਹਨਾਂ ਨੇ ਖਸੂਸੀ ਦਾਅਵਤ ਦਿੱਤੀ ਸਾਨੂੰ ਆਪਣੇ ਪਿੰਡ ਰੁੜਕੀ ਦੀ ਕਿ ਸਾਡੇ ਪਿੰਡ ਵੀ ਆਓ, ਸਾਡੇ ਪਿੰਡ ਵੀ ਜਿਹੜਾ ਆਪਣਾ ਤੁਸੀਂ ਪ੍ਰੋਗਰਾਮ ਕਰ ਦਿਓ, ਕਿਉਂਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਇਹ ਕਾਫੀ ਜ਼ਿਆਦਾ ਦੇਖਿਆ ਜਾਂਦਾ। ਅਤੇ ਇਹਨਾਂ ਦੀ ਖਸੂਸੀ ਦਾਅਵਤ 'ਤੇ ਅੱਜ ਅਸੀਂ ਪ੍ਰੋਗਰਾਮ ਜਿਹੜਾ ਪੰਜਾਬੀ ਬੈਠਕ ਚਵਿੰਡਾ ਦਾ ਉਹ ਅਸੀਂ ਕਰਨੇ ਹਾਂ ਪਿੰਡ ਰੁੜਕੀ। ਅਤੇ ਸਾਡੇ ਕੋਲ ਬਜ਼ੁਰਗ ਵੀ ਮੌਜੂਦ ਨੇ, ਨੌਜਵਾਨ ਵੀ ਮੌਜੂਦ ਨੇ, ਅਤੇ ਸਭ ਤੋਂ ਪਹਿਲਾਂ ਅਸੀਂ ਇਸ ਪਿੰਡ ਦੀ ਜਿਹੜੀ ਤਾਰੀਖ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪਿੰਡ ਇੱਥੇ ਕਦੋਂ ਦਾ ਆਬਾਦ ਹੈ, ਕਿੰਨੀਆਂ ਬਰਾਦੀਆਂ ਵੱਸਦੀਆਂ ਨੇ, ਜ਼ਮੀਨੀ ਰਕਬਾ ਕਿੰਨਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਜ਼ੁਰਗੋ, ਕੀ ਹਾਲ ਚਾਲ ਨੇ? ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ? ਠੀਕ, ਅੱਲਾ ਦਾ ਸ਼ੁਕਰ ਹੈ। ਅਤੇ ਕੀ ਨਾਂ ਹੈ ਆਪਣਾ? ਮੁਹੰਮਦ ਰਿਆਜ਼। ਮੁਹੰਮਦ ਰਿਆਜ਼। ਤੇ ਬਜ਼ੁਰਗੋ, ਕਿੰਨੀ ਉਮਰ ਹੋ ਗਈ ਆਪਣੀ? ਉਮਰ ਹੋ ਗਈ 65 ਸਾਲ। ਮਾਸ਼ਾਅੱਲਾ। ਤੇ 65 ਸਾਲ ਦਾ ਇਹ ਮਾਸ਼ਾਅੱਲਾ ਟੁਰ ਫਿਰ ਲੈਂਦੇ ਹੋ ਆਪਣੀ ਡੰਡੀ ਪੈਰੀ? ਅੱਲਾ ਦਾ ਸ਼ੁਕਰ ਹੈ, ਫਿਰਨੇ ਤੁਰਨੇ। ਇਹ ਖੁਰਾਕਾਂ ਦਾ ਅਸਰ ਹੈ, ਕਿਉਂਕਿ ਅੱਜ ਕੱਲ੍ਹ ਜਿਹੜੇ ਖੁਰਾਕਾਂ ਖਾਂਦੇ ਨੇ ਉਹ 50-55 ਸਾਲ ਦੇ ਵਿੱਚ ਜਿਹੜਾ ਉਹ ਬਸ ਹੋ ਜਾਂਦੇ, ਟੁਰ ਵੀ ਨਹੀਂ ਸਕਦੇ। ਤੇ ਖੁਰਾਕ ਦਾ ਅਸਰ ਹੈ ਪੁਰਾਣੀਆਂ ਖੁਰਾਕਾਂ ਦਾ? ਪੁਰਾਣੀ ਖੁਰਾਕ ਦੇ ਅਸਰ, ਪੁਰਾਣੀਆਂ ਖੁਰਾਕਾਂ ਦਾ ਅਸਰ ਹੈ। ਤੇ ਤੁਸੀਂ ਸਾਨੂੰ ਇਸ ਪਿੰਡ ਦੀ ਤਾਰੀਖ ਦੇ ਬਾਰੇ ਦੱਸੋ ਕਿ ਇਹ ਪਿੰਡ ਜਿਹੜਾ ਇੱਥੇ ਕਦੋਂ ਦਾ ਆਬਾਦ ਹੈ? ਸੰਨ 1947 ਤੋਂ ਪਹਿਲਾਂ ਦਾ ਆਬਾਦ ਹੈ। ਸੰਨ 1947 ਤੋਂ ਪਹਿਲਾਂ ਦਾ ਆਬਾਦ ਹੈ। ਤੇ ਇਸ ਪਿੰਡ ਦੇ ਵਿੱਚ ਕਿੰਨੀਆਂ ਬਰਾਦਰੀਆਂ ਵੱਸਦੀਆਂ ਨੇ? ਤਕਰੀਬਨ ਸਾਰੀਆਂ, ਜ਼ਿਆਦਾ ਬਾਜਵਾ ਬਲਾਦਰੀ, ਅਕਸਰੀਅਤ ਜਿਹੜੀ ਹੈ ਉਹ ਬਾਜਵਾ ਬਰਾਦਰੀ। ਠੀਕ ਹੋ ਗਿਆ। ਤੇ ਇਸ ਪਿੰਡ ਦਾ ਜਿਹੜਾ ਜ਼ਮੀਨੀ ਰਕਬਾ ਹੈ ਉਹ ਕਿੰਨਾ ਹੈ? ਇੱਕੋ ਤਕਰੀਬਨ 1800-1900 ਕਿੱਲਾ। 1800-1900 ਏਕੜ ਜਿਹੜਾ ਕਿੱਲਾ ਹੈ ਉਹ ਜ਼ਮੀਨੀ ਰਕਬਾ ਇਸ ਪਿੰਡ ਦਾ। ਠੀਕ ਹੋ ਗਿਆ। ਤੇ ਇਸ ਪਿੰਡ ਜਿਹੜੀ ਆਬਾਦੀ ਹੈ ਉਹ ਕਿੰਨੀ ਹੈ? ਤਕਰੀਬਨ 12-13 ਹਜ਼ਾਰ। ਤੇ ਵੋਟਾਂ ਦੀ ਤਾਦਾਦ ਕਿੰਨੀ ਹੈ? 5-6 ਹਜ਼ਾਰ ਵੋਟਾਂ ਦੀ ਜਿਹੜੀ ਉਹ ਤਾਦਾਦ ਹੈ। ਤੇ ਇਸ ਪਿੰਡ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਲਿਖੇ ਪੜ੍ਹੇ ਨੇ ਕਿ ਜਾਂ ਜ਼ਿਮੀਂਦਾਰਾਂ ਕਰਦੇ ਨੇ? ਲਿਖੇ ਪੜ੍ਹੇ ਵੀ ਹੈ ਨੇ, ਜ਼ਿਮੀਂਦਾਰਾਂ ਵੀ ਲੋਕ ਕਰਦੇ। ਤੇ ਜ਼ਿਆਦਾ ਬਾਹਰ ਦੇ ਮੁਲਕ ਲੋਕੀ ਰਹਿੰਦੇ ਨੇ ਕਿ ਜਾਂ ਇੱਥੇ ਹੀ ਆਪਣਾ ਜਿਹੜਾ ਰੋਜ਼ਗਾਰ ਰਹਿੰਦੇ ਨੇ, ਜ਼ਿਮੀਂਦਾਰੇ ਕਰਦੇ ਨੇ ਤਕਰੀਬਨ। ਬਜ਼ੁਰਗੋ, ਤੁਸੀਂ ਸਾਨੂੰ ਇਹ ਦੱਸੋ ਕਿ ਅੱਜ ਕੱਲ੍ਹ ਤਾਂ ਲੋਕੀ ਸਿਗਰਟ ਪੀਂਦੇ ਨੇ ਤੇ ਤੁਸੀਂ ਅਜੇ ਵੀ ਆਹ ਹੁੱਕਾ ਪੀਂਦੇ ਪਏ ਹੋ, ਇਹਦਾ ਮਜ਼ਾ ਕੀ ਆਉਂਦਾ? ਸਿਗਰਟ ਨਾਲੋਂ ਬਿਹਤਰ, ਸਿਗਰਟ ਦਾ ਕੋਈ ਮਜ਼ਾ ਹੋਰ ਹੈ, ਹੁੱਕੇ ਦਾ ਹੋਰ ਹੈ। ਹੁੱਕੇ ਦਾ ਸਾਨੂੰ ਮਜ਼ਾ ਦੱਸੋਗੇ ਕੀ ਮਜ਼ਾ? ਸਾਡੇ ਯਾਰ ਸੱਜਣ ਜਿਹੜੇ ਨੇ ਉਹ ਵੀ ਵੇਖਣਗੇ ਹੁੱਕੇ ਦਾ ਮਜ਼ਾ ਕੀ ਹੈ। ਕਮਾਨ ਨੇ ਵੀ ਜਿਹੜੀ ਕੱਢੀ ਏ ਵੇਖ ਨਾ, ਉੱਤੇ ਅੱਗ, ਥੱਲੇ ਤੇ ਪਾਣੀ। ਜਦੋਂ ਸੂਟਾ ਮਾਰਨਾ ਪਾਣੀ ਦੇ ਵਿੱਚੋਂ ਦੀ ਹੋ ਕੇ ਪੁਣ ਕੇ ਆਉਂਦਾ, ਮੈਂ ਕਿਹਾ ਫਿਲਟਰ ਹੋ ਕੇ ਆਉਂਦਾ, ਫਿਲਟਰ ਹੋ ਕੇ ਆਉਂਦਾ। ਅੱਛਾ। ਤੇ ਜਿਹੜਾ ਸਿਗਰਟ ਉਹ ਸਿੱਧਾ ਹੀ ਡਾਇਰੈਕਟ ਆਉਂਦਾ। ਤੇ ਕਦੀ ਸਿਗਰਟ ਪੀਤਾ ਵੀ ਹੈ? ਪੀ ਵੀ ਲਈਦਾ ਕਦੇ ਕਦੇ, ਜੇ ਨਾ ਵੀ ਪੀ। ਮਜ਼ਾ ਸਿਗਰਟ ਦਾ ਹੁੰਦਾ ਕਿ ਹੁੱਕੇ ਦਾ? ਹੁੱਕੇ ਦਾ, ਹੁੱਕੇ ਦਾ ਜ਼ਿਆਦਾ ਮਜ਼ਾ ਆਉਂਦਾ। ਤੇ ਇਹ ਹੁੱਕਾ ਜਿਹੜਾ ਇਹ ਪਿੰਡਾਂ ਦੀ ਵੈਸੇ ਵੀ ਪਹਿਚਾਣ ਹੈ, ਜਿੱਥੇ ਸੁਣਿਆ ਕਿ ਹੁੱਕਾ ਸ਼ੁਕਾ ਤੁਸੀਂ ਪਾ ਕੇ ਪੈਂਦੇ ਹੋ, 10 ਜੀਵ ਇਕੱਠੇ ਹੋਏ। ਇਹ ਡੇਰਿਆਂ ਦੀ ਵੀ ਕੋਈ ਸ਼ਾਨ ਹੈ, ਡੇਰੇ ਤੋਂ ਹੁੱਕਾ ਹੋਇਆ ਤਾਂ ਜੀ ਚਾਰ ਆ ਕੇ ਬਹਿ ਜਾਂਦੇ। ਹੁੱਕਾ ਪੀਣ ਦੇ ਲਾਲਚ ਨੂੰ? ਹੁੱਕਾ ਵੀ ਪੀਣ ਦੇ ਲਾਲਚ ਨੂੰ ਉਂਝ ਵੀ ਆ ਜਾਂਦੇ ਨੇ, ਫਿਰ ਜਦੋਂ ਹੁੱਕਾ ਹੁੱਕਾ ਹੋਇਆ ਤਾਂ ਰੌਣਕ ਬਣ ਜਾਂਦੀ। ਰੌਣਕ ਬਣ ਜਾਂਦੀ ਹੈ।
ਹੁੱਕਾ ਜਿਹੜਾ ਇਹ ਐਸਾ ਚੀਜ਼ ਹੈ ਕਿ ਇਹ ਸੱਦਾ ਜਦੋਂ ਗੁੜ ਗੁੜ ਕਰਦਾ ਬੁਲਾਉਂਦਾ ਕਿ ਮੇਰਾ ਲੱਗ ਲਓ ਜੀ। ਸਾਡੇ ਕੋਲ ਹੁਣ ਸਾਡੇ ਭਾਈ ਮੌਜੂਦ ਨੇ ਚੌਧਰੀ ਨਾਸਰ ਬਾਜਵਾ ਸਾਹਿਬ ਜਿਹੜਾ ਕਿ ਕੋਰੀਆ ਹੁੰਦੇ ਨੇ ਅਤੇ ਇਹਨਾਂ ਦੀ ਅੱਜ ਖਸੂਸੀ ਦਾਵਤ ਦੇ ਉੱਤੇ ਅਸੀਂ ਜਿਹੜਾ ਪ੍ਰੋਗਰਾਮ ਪੰਜਾਬੀ ਬੈਠਕ ਦਾ ਉਹ ਰੁੜਕੀ ਕਰਨ ਦੇ ਦਿਆਂ ਸਾਡੇ ਕੋਲ ਮੌਜੂਦ ਨੇ ਅਤੇ ਕੱਲ੍ਹ ਇਹਨਾਂ ਨੇ ਟੁਰ ਵੀ ਜਾਣਾ ਐਮਰਜੈਂਸੀ ਪ੍ਰੋਗਰਾਮ ਦੀ ਸਾਨੂੰ ਦਾਵਤ ਦਿੱਤੀ ਗਈ ਅਤੇ ਐਮਰਜੈਂਸੀ ਅਸੀਂ ਪ੍ਰੋਗਰਾਮ ਕਰਦੇ ਹਾਂ ਅਤੇ ਕੱਲ੍ਹ ਸਾਡੇ ਭਾਈ ਜਾ ਕੇ ਜਿਹੜਾ ਆਪਣਾ ਪ੍ਰੋਗਰਾਮ ਹੈ ਇਨਸ਼ਾਅੱਲਾ ਕੋਰੀਆ ਬਹਿ ਕੇ ਹੀ ਵੇਖਣਗੇ ਅਤੇ ਨਾਲੇ ਸਾਨੂੰ ਦੱਸਣਗੇ ਕਿ ਪ੍ਰੋਗਰਾਮ ਅੱਛਾ ਹੋਇਆ ਜਾਂ ਨਹੀਂ ਅੱਛਾ ਹੋਇਆ। ਅਸਲਾਮ ਵਾਲੇਕਮ ਜੀ। ਵਾਲੇਕਮ ਅਸਲਾਮ, ਕੀ ਹਾਲ ਨੇ ਭਾਅ ਜੀ? ਠੀਕ ਹੋ? ਠੀਕ ਠਾਕ, ਅੱਲਾਹ ਦਾ ਕਰਮ ਜਨਾਬ। ਅਤੇ ਅੱਛਾ ਜੀ, ਜਦੋਂ ਤੁਸੀਂ ਬਾਹਰ ਬਹਿ ਕੇ ਆਪਣੇ ਪਿੰਡਾਂ ਦੇ ਪ੍ਰੋਗਰਾਮ ਸਾਡੇ ਵਹਿੰਦੇ ਹੋ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ? ਸਾਨੂੰ ਉਹਨੂੰ ਪਿੰਡ ਦੀ ਯਾਦ ਆਉਂਦੀ ਹੈ ਸਹੀ, ਜਦੋਂ ਅਸੀਂ ਪ੍ਰੋਗਰਾਮ ਬਾਹਰ ਵਹਿੰਦੇ ਹਾਂ ਨਾ ਤਾਂ ਅਸੀਂ ਕਹਿੰਦੇ ਅਸੀਂ ਵੀ ਉੱਥੇ ਹੋਈਏ, ਉੱਥੇ ਜਾ ਕੇ ਫਿਰੀਏ ਤੁਰੀਏ ਨਾ ਗਲੀਆਂ ਦੇ ਵਿੱਚ, ਅਤੇ ਸਾਨੂੰ ਤਾਂ ਬਹੁਤ ਸਾਰੀ ਯਾਦ ਆਉਂਦੀ ਹੈ ਇਹਦੀ। ਅਤੇ ਤੁਹਾਡੀ ਜਿਹੜੀ ਦਿਲ ਦੀ ਤਮੰਨਾ ਸੀ, ਜਿਹੜੀ ਤੁਹਾਡੀ ਖੁਆਇਸ਼ ਸੀ, ਉਹ ਅੱਜ ਪੂਰੀ ਹੋ ਗਈ। ਬਿਲਕੁਲ ਜੀ, ਹੁਣ ਕੱਲ੍ਹ ਤੁਸੀਂ ਜਾ ਵੀ ਰਹੇ ਹੋ ਵਾਪਸ ਕੋਰੀਆ, ਅਤੇ ਜਦੋਂ ਜਾ ਕੇ ਉਦੋਂ ਪ੍ਰੋਗਰਾਮ ਉੱਥੇ ਵੇਖੋਗੇ ਤਾਂ ਕੀ ਫੀਲ ਕਰੋਗੇ? ਪ੍ਰੋਗਰਾਮ ਜਦੋਂ ਵੇਖਾਂਗੇ ਇਹ ਭੈਣ ਭਰਾ ਸਾਰੇ ਯਾਦ ਹੁੰਦੇ, ਇਹਨਾਂ ਦੀਆਂ ਯਾਦਾਂ ਹੁੰਦੀਆਂ, ਫਿਰ ਵੇਖ ਕੇ ਖੁਸ਼ੀ ਹੁੰਦੀ ਕਿ ਅਸੀਂ ਵੀ ਉੱਥੇ ਬੈਠੇ ਹਾਂ ਆਪਣੇ ਭੈਣਾਂ ਭਰਾਵਾਂ ਚਾਚਿਆਂ ਬਾਬਿਆਂ ਦੇ ਕੋਲ, ਅਤੇ ਬੜਾ ਦਿਲ ਨੂੰ ਸਕੂਨ ਮਿਲਦਾ ਜੇ। ਅਤੇ ਜਿਹੜੇ ਸਾਡੇ ਹੋਰ ਵੀ ਜਿਹੜੇ ਪਰਦੇਸੀ ਭਾਈ ਵਹਿੰਦੇ ਪਏ ਨੇ, ਕਿਉਂਕਿ ਤੁਸੀਂ ਪਰਦੇਸ 'ਚ ਰਹਿੰਦੇ ਹੋ, ਅਤੇ ਉਹਨਾਂ ਨੂੰ ਤੁਸੀਂ ਪਰਦੇਸ ਦੇ ਹਵਾਲੇ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਹੋ? ਪਰਦੇਸ ਦੇ ਵਿੱਚ ਕੀ ਕਰਨਾ ਚਾਹੀਦਾ ਜਿਹੜੇ ਵੀਰ, ਕਿਉਂਕਿ ਅਕਸਰ ਇੱਥੋਂ ਜਾਂਦੇ ਨੇ ਆਪਣੇ ਭੈਣ ਭਰਾ ਮਾਂ ਪਿਓ ਛੱਡ ਕੇ, ਅਤੇ ਅਕਸਰ ਕਈ ਉੱਥੇ ਇੰਜ ਵੀ ਫਿਰਦੇ ਰਹਿੰਦੇ ਨੇ, ਅਤੇ ਉਹਨਾਂ ਨੂੰ ਕੀ ਮੈਸੇਜ ਦੇਵੋ? ਕਿਉਂਕਿ ਜ਼ਿੰਦਗੀ ਉਹ ਜਾਂਦੇ ਨੇ ਸਿਰਫ ਆਪਣੇ ਜਿਹੜੇ ਪਿਛਲੇ ਨੇ ਉਹਨਾਂ ਦੀ ਬਿਹਤਰੀ ਵਾਸਤੇ, ਤਾਂ ਉਹਨਾਂ ਨੂੰ ਕੀ ਮੈਸੇਜ ਦੇਵੋਗੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਇਹੀ ਕਰਨਾ ਚਾਹੀਦਾ, ਜਾ ਕੇ ਅੱਛੀ ਮਿਹਨਤ ਕਰਕੇ ਛੇਤੀ ਤੋਂ ਛੇਤੀ ਵਾਪਸ ਆਉਣਾ ਚਾਹੀਦਾ, ਆਪਣੇ ਭੈਣਾਂ ਭਰਾਵਾਂ ਦੇ ਵਿੱਚ ਆਣ ਕੇ ਰਹਿਣਾ ਚਾਹੀਦਾ, ਅਤੇ ਉੱਥੇ ਅੱਛੀ ਮਿਹਨਤ ਕਰਕੇ ਪੈਸਾ ਕਮਾਉਣਾ ਚਾਹੀਦਾ, ਜ਼ਾਇਆ ਨਹੀਂ ਕਰਨਾ ਚਾਹੀਦਾ, ਉਹ ਪੈਸੇ ਨੂੰ ਸੇਫ ਕਰਕੇ ਵਾਪਸ ਆਣ ਕੇ ਇੱਥੇ ਕੋਈ ਕਾਰੋਬਾਰ ਕਰ ਲੈਣਾ ਬਿਹਤਰੀ ਹੈ। ਭਾਈ ਨਾਸਰ ਦਾ ਪਰਦੇਸੀ ਭਾਈਆਂ ਨੂੰ ਇਹੋ ਹੀ ਇੱਕ ਮੈਸੇਜ, ਅਤੇ ਬੜਾ ਅੱਛਾ ਮੈਸੇਜ। ਦੇਖੋ ਪਰਦੇਸੀ ਵੀਰੋ, ਤੁਸੀਂ ਆਪਣਾ ਮਾਂ ਪਿਓ, ਭੈਣ ਭਾਈ, ਬੀਵੀ, ਬੱਚੇ ਸਾਰੇ ਛੱਡ ਕੇ ਜਾਂਦੇ ਹੋ ਪਰਦੇਸ ਦੇ ਵਿੱਚ ਸਿਰਫ ਔਰ ਸਿਰਫ ਮਜ਼ਦੂਰੀ ਕਰਨ, ਇਸ ਵਾਸਤੇ ਕਿ ਜਿਹੜੇ ਮਾਲੀ ਹਾਲਾਤ ਨੇ ਉਹ ਬਿਹਤਰ ਹੋ ਸਕਣ, ਅਤੇ ਜਿਹੜੇ ਤੁਹਾਡੇ ਪਿੱਛੇ ਨੇ ਆਪਣਾ ਤੁਹਾਡੇ ਮਾਂ ਪਿਓ, ਭੈਣ ਭਾਈ, ਇਹਨਾਂ ਸਾਰੇ ਜਿਹੜੇ ਨੇ ਉਹਨਾਂ ਤੁਹਾਡੀ ਆਸ ਹੁੰਦੀ ਹੈ, ਠੀਕ ਹੈ, ਅਤੇ ਉੱਥੇ ਤੁਸੀਂ ਕਮਾਈ ਕਰਕੇ ਅਤੇ ਉਜਾੜਿਆ ਨਾ ਕਰੋ, ਅਤੇ ਬਿਲਖਸੂਸ ਜਿਹੜੇ ਸਾਡੇ ਪਰਦੇਸੀ ਭਾਈ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਜਿਨ੍ਹਾਂ ਦੇ ਵਾਲਦੈਨ ਹਯਾਤ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸੋਚਣ ਕਰਨ, ਉਸ ਤੋਂ ਬਾਅਦ ਆਪਣੇ ਬੀਵੀ ਬੱਚਿਆਂ ਸੋਚਣ ਕਰਨ। ਯਕੀਨ ਕਰੋ, ਪਿਛਲੇ ਦਿਨਾਂ 'ਚ ਮੇਰੀ ਵਾਲਦਾ ਫੌਤ ਹੋ ਗਈ, ਭਾਈ ਨਾਸਰ ਦੀ ਵਾਲਦਾ ਫੌਤ ਹੋ ਗਈ, ਅਤੇ ਇਹ ਸਾਨੂੰ ਪਤਾ ਹੋਣ ਲੱਗਦਾ ਕਿ ਮਾਂ ਪਿਓ ਜਿਹੜਾ ਉਹ ਕੀ ਚੀਜ਼ ਹੈ। ਜਦੋਂ ਇਹ ਦੁਨੀਆ ਤੋਂ ਟੁੱਟ ਜਾਂਦੇ ਨੇ, ਪਤਾ ਉਦੋਂ ਹੀ ਲੱਗਦਾ ਕਿ ਅਸੀਂ ਕਿਹੜੀ ਹਸਤੀ ਤੋਂ ਜਿਹੜਾ ਉਹ ਮਹਿਰੂਮ ਹੋ ਗਏ ਹਾਂ। ਅਤੇ ਖੁਦਾਰਾ ਬੱਚਿਆਂ ਨਾਲ ਵੀ ਕਰੋ, ਬੀਵੀ ਨਾਲ ਵੀ ਕਰੋ, ਭਾਈਆਂ ਨਾਲ ਵੀ ਕਰੋ, ਲੇਕਿਨ ਸਭ ਨਾਲੋਂ ਜ਼ਿਆਦਾ ਆਪਣੇ ਮਾਂ ਪਿਓ ਦੀ ਕਦਰ ਕਰਿਆ ਕਰੋ। ਇਹਨਾਂ ਨੂੰ ਕਦੀ ਵੀ ਤੁਹਾਡੇ ਨੂੰ ਤੱਤੀ ਜਿਹੜੀ ਹਵਾ ਹੈ ਉਹ ਨਹੀਂ ਆਉਣੀ ਚਾਹੀਦੀ, ਕਿਉਂਕਿ ਮਾਂ ਪਿਓ ਇੱਕ ਐਸੀ ਹਸਤੀ ਹੈ, ਇਹ ਘਰ ਲੰਮੀ ਵੀ ਪਈ ਹੋਏ ਤਾਂ ਤੁਸੀਂ ਬੇਫਿਕਰ ਹੋ ਕੇ ਬਾਹਰ ਵੀ ਜਾਂਦੇ ਹੋ, ਜੋ ਮਰਜ਼ੀ ਕਰੋ। ਤੁਹਾ ਜਦੋਂ ਘਰ ਆਉਂਦੇ ਹੋ ਸਭ ਤੋਂ ਪਹਿਲਾਂ ਤੁਹਾਡੀ ਮਾਂ ਹੀ ਤੁਹਾਡਾ ਇੰਤਜ਼ਾਰ ਕਰਦੀ ਹੁੰਦੀ ਹੈ, ਅਤੇ ਪੁੱਤਰ ਇਸ ਟਾਈਮ ਕਿੱਥੋਂ ਆਇਆ, ਅਤੇ ਜਿੰਨਾ ਉਹ ਤੁਹਾਡਾ ਖਿਆਲ ਕਰਦੀ ਹੈ, ਇਸ ਤਰ੍ਹਾਂ ਤੁਹਾਨੂੰ ਵੀ ਸਭ ਤੋਂ ਪਹਿਲਾਂ ਆਪਣੇ ਵਾਲਦੈਨ ਦਾ ਖਿਆਲ ਜਿਹੜਾ ਉਹ ਕਰਨਾ ਚਾਹੀਦਾ। ਅਤੇ ਬੜਾ ਅੱਛਾ ਮੈਸੇਜ ਹੈ ਭਾਈ ਹੋਰਾਂ ਦਾ, ਕਿ ਬਾਹਰ ਜਾ ਕੇ ਆਵਾਰਾਗਰਦੀ ਨਾ ਕਰਿਆ ਕਰੋ, ਕਮਾਈ ਕਰਿਆ ਕਰੋ, ਅਤੇ ਤੁਸੀਂ ਜਿਹੜੇ ਮਕਸਦ ਵਾਸਤੇ ਬਾਹਰ ਜਾਂਦੇ ਹੋ ਉਹ ਮਕਸਦ ਤੁਸੀਂ ਲੈ ਕੇ ਅਤੇ ਵਾਪਸ ਆਇਆ ਕਰੋ। ਅਤੇ ਸਾਡੇ ਕੋਲ ਹੋਰ ਵੀ ਬਜ਼ੁਰਗ ਮੌਜੂਦ ਨੇ, ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਜਿਹੜਾ ਪਿੰਡ ਦੇ ਹਵਾਲੇ ਦੇ ਨਾਲ ਹੀ ਉਹ ਗੱਲਬਾਤ ਕਰਦੇ। ਸਾਡੇ ਕੋਲ ਹੁਣ ਭਾਈ ਮੁਬਸ਼ਰ ਅਲ ਮਰੂਫ ਮਿੱਠੂ ਸਾਹਿਬ ਵੀ ਸਾਡੇ ਕੋਲ ਮੌਜੂਦ ਨੇ, ਅਤੇ ਇਹਨਾਂ ਕੋਲੋਂ ਅਸੀਂ ਪਿੰਡ ਦੇ ਕੋਈ ਮਸਲੇ ਮਸਾਇਲ 'ਤੇ ਗੱਲ ਕਰਾਂਗੇ, ਇਹਨਾਂ ਨੂੰ ਅਸੀਂ ਪੁੱਛਾਂਗੇ ਕਿ ਤੁਹਾਡੇ ਪਿੰਡ ਜਿਹੜਾ ਅਹਿਮ ਮਸਲਾ ਹੈ
ਉਹ ਕਿਹੜਾ? ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਅੱਛਾ ਭਾਈ ਮੁਬਸ਼ਰ, ਤੁਸੀਂ ਸਾਨੂੰ ਇਹ ਦੱਸੋ ਕਿ ਪਹਿਲੇ ਨੰਬਰ ਤੇ ਅਸੀਂ ਆਏ ਹਾਂ ਤੇ ਤੁਹਾਡੇ ਪਿੰਡ ਨੂੰ ਆਉਣ ਦਾ ਰਾਹ ਜਿਹੜਾ ਉਹ ਕੋਈ ਨੀ ਹੈਗਾ, ਸਾਰਾ ਟੁੱਟਾ ਰਾਹ ਹੈ, ਤੇ ਇਹ ਕਦੋਂ ਦੇ ਤੁਹਾਡੇ ਪਿੰਡਾਂ ਦੇ ਰਾਹ ਜਿਹੜੇ ਨੇ ਉਹ ਬਣੇ ਨੇ? ਜਿੱਦਣ ਦੇ ਹੋਏ ਜੰਮੇ ਉਦੋਂ ਦੇ ਰਾਹ ਬੰਦ ਨੇ, ਸੜਕ ਬਣੀ ਕੋਈ ਨਹੀਂ, ਕਿਉਂ ਬਣਨੀਆਂ ਚਾਹੀਦੀਆਂ ਸੜਕਾਂ ਸਾਰੀਆਂ। ਇਸ ਤੋਂ ਇਲਾਵਾ ਇੱਕ ਤਾਂ ਤੁਹਾਡੇ ਪਿੰਡਾਂ ਦੇ ਸਾਡੀ ਜਿਹੜੀ ਤਹਿਸੀਲ ਹੈ ਉਹ ਵੈਸੇ ਬੰਜਰ ਤਹਿਸੀਲ ਹੈ, ਜਿਹੜੇ ਪਿੰਡ ਨੂੰ ਜਾਣੇ ਆ ਉਸ ਪਿੰਡ 'ਚ ਰਾਹ ਕੋਈ ਨਹੀਂ, ਰਾਹਾਂ ਤੋਂ ਇਲਾਵਾ ਤੁਹਾਡੇ ਪਿੰਡ ਜਿਹੜਾ ਅਹਿਮ ਮਸਲਾ ਕਿਹੜਾ? ਗਲੀਆਂ ਨਾਲੀਆਂ ਦਾ ਬੜਾ ਮਸਲਾ ਜੇ, ਚਾਰ ਛੇ ਫਿਰਨੀ ਦਾ ਬੜਾ ਮਸਲਾ ਜੇ, ਨਿਕਾਸੀ ਦਾ ਬਹੁਤ ਜ਼ਿਆਦਾ ਮਸਲਾ ਹੈ, ਪਾਣੀ ਦਾ ਹੋਰ, ਪਾਣੀ ਫਿਲਟਰ ਦਾ ਬੜਾ ਮਸਲਾ ਹੈ। ਤੁਹਾਡੇ ਪਿੰਡ ਛੱਪੜ ਹੈ ਕੋਈ ਜਿਹੜਾ ਸਰਕਾਰੀ ਹੁੰਦਾ? ਹਾਂਜੀ, ਬੜੇ ਛੱਪੜ ਨੇ, ਚਾਰ ਪੰਜ ਛੱਪੜ ਨੇ। ਕੀ ਉੱਥੇ ਪਾਣੀ ਡਿੱਗਦਾ ਨਹੀਂ ਜਾਂ ਬੰਦ ਹੋ ਗਏ ਨੇ? ਨਹੀਂ ਬੰਦ ਹੋ ਗਏ ਨੇ, ਕੋਈ ਮਹੱਲੇ ਜਿਹੜੇ ਨੇ ਉਹ ਬੰਦ ਨੇ, ਕੋਈ ਡਿੱਗਦਾ ਵਿੱਚ ਛੱਪੜਾਂ ਦੀ ਸਫਾਈ ਵਗੈਰਾ ਨਹੀਂ ਹੋਈ? ਨਹੀਂ ਹੋਈ, ਛੱਪੜ ਪੂਰ ਕੀਤੇ ਦੇ ਨੇ, ਜਿਹੜਾ ਉਹਨਾਂ ਦੇ ਪਾਣੀ ਡਿੱਗਦਾ ਹੁਣ ਉਹ ਗਲੀਆਂ 'ਚ ਫਿਰਦਾ, ਗਲੀਆਂ 'ਚ ਫਿਰਦਾ। ਠੀਕ ਹੋ ਗਿਆ। ਤੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਪਿੰਡ ਦਾ ਰਹਿਣ ਸਹਿਣ ਹੈ ਉਹ ਕਿਸ ਤਰ੍ਹਾਂ ਦਾ? ਰਹਿਣ ਸਹਿਣ ਲੋਕ ਬਹੁਤ ਅੱਛੇ ਲੋਕ ਨੇ ਸਾਰੇ ਹੀ, ਰਹਿਣ ਸਹਿਣ ਵੀ ਠੀਕ ਹੈ, ਜਿਹਦਾ ਕੰਮਾਂ ਦੇ ਮਸਲੇ ਹੈ ਨੇ ਥੋੜ੍ਹੇ ਬਹੁਤੇ, ਉਹ ਹੋਣੇ ਚਾਹੀਦੇ ਨੇ ਹੱਲ। ਇਹ ਤੁਹਾਨੂੰ ਅਸੀਂ ਦੱਸਦੇ ਜਾਈਏ ਕਿ ਜਿੱਥੇ ਅਸੀਂ ਬੈਠੇ ਹਾਂ ਰੁੜਕੀ ਪਿੰਡ, ਇਹਦੇ ਨਾਲ ਹੀ ਜਿਹੜਾ ਸਾਡਾ ਪਿੰਡ ਵਿਰਕਾਂ, ਜਿੱਥੋਂ ਦੇ ਐਮ ਪੀ ਏ ਮੁੰਤਖਬ ਹੋਏ ਨੇ ਚੌਧਰੀ ਖੁਰਮ ਖਾਨ ਵਿਰਕ ਸਾਹਿਬ, ਤੇ ਇਹਨਾਂ ਦੇ ਆਪਣਿਆਂ ਪਿੰਡਾਂ ਨੂੰ ਆਉਣ ਦੇ ਜਿਹੜੇ ਰਾਹ ਨੇ ਉਹ ਅਸੀਂ ਵੀ ਵੇਖੇ ਨੇ ਤੇ ਕੈਮਰੇ ਵਿੱਚ ਤੁਸੀਂ ਵੀ ਵੇਖਿਓ। ਇਹ ਪਿੰਡਾਂ ਨੂੰ ਆਉਣ ਵਾਲੇ ਰਾਹ ਕੋਈ ਨਹੀਂ, ਇਹਨਾਂ ਦੇ ਜਿਹੜੇ ਆਂਢੀ ਗੁਆਂਢੀ ਪਿੰਡ ਨੇ ਉਹਨਾਂ ਦੇ ਵਿੱਚ ਵੀ ਲਾਈਟ ਦਾ ਮਸਲਾ, ਖੰਭਿਆਂ ਦਾ ਮਸਲਾ, ਸੇਵਰੇਜ ਦਾ ਮਸਲਾ, ਪਾਣੀ ਜਿਹੜਾ ਅੰਜੀ ਜਿਹੜਾ ਗੰਦਾ ਨਾਲੀਆਂ 'ਚੋਂ ਨਿਕਲ ਕੇ ਅਤੇ ਗਲੀਆਂ ਦੇ ਵਿੱਚ ਆਜ਼ਾਦ ਘੁੰਮਣ ਦਿਆ ਹੁੰਦਾ, ਇਹਨਾਂ ਵਿੱਚ ਵੀ ਸਕੂਲ ਬੱਚੇ ਜਿਹੜੇ ਨੇ ਉਹ ਪੈਦਲ ਲੰਘ ਕੇ ਜਾਂਦੇ ਨੇ ਅਤੇ ਬਿਮਾਰੀਆਂ ਜਿਹੜੀਆਂ ਨੇ ਉਹ ਬੜੀਆਂ ਸਾਰੀਆਂ ਫੈਲਣਦੀਆਂ ਨੇ। ਉਸ ਤੋਂ ਬਾਅਦ ਇਸ ਪਿੰਡ ਰੁੜਕੀ ਦੇ ਵਿੱਚ ਫਿਲਟਰੇਸ਼ਨ ਪਲਾਂਟ ਕੋਲ ਨਹੀਂ ਵੀ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਸਰਕਾਰੀ ਡਿਸਪੈਂਸਰੀ ਤਾਂ ਆਵੇ ਲੇਕਿਨ ਨਾ ਹੋਣ ਦੇ ਬਰਾਬਰ ਹੈ। ਅਮਲਾ ਆਪਣੀ ਮਰਜ਼ੀ ਦੇ ਨਾਲ ਆਉਂਦਾ ਅਤੇ ਆਪਣੀ ਮਰਜ਼ੀ ਦੇ ਨਾਲ ਹੀ ਜਾਂਦਾ। ਅਗਰ ਕਿਸੇ ਨੂੰ ਇੱਥੇ ਐਮਰਜੈਂਸੀ ਬਣ ਜੇ ਤਾਂ ਜਾਂ ਉਹਨੂੰ ਸਿਆਲਕੋਟ ਲੈ ਕੇ ਜਾਣਾ ਪੈਂਦਾ ਜਾਂ ਦੂਰ ਦਰਾਜ਼ ਚਿਵਿੰਡੇ ਲੈ ਕੇ ਜਾਣਾ ਪੈਂਦਾ। ਅਤੇ ਖੁਰਮ ਸਾਹਿਬ ਆਪਣੀ ਇਲੈਕਸ਼ਨ ਕੰਪੇਨ ਦੇ ਵਿੱਚ ਇਹ ਤਕਰੀਰ ਕਰਦੇ ਨੇ ਕਿ ਮੈਂ ਇਨਸ਼ਾਅੱਲਾ ਸਿਹਤ ਦੇ ਮਿਆਰ ਨੂੰ ਅੱਛਾ ਕਰਾਂਗਾ, ਲੇਕਿਨ ਕੰਮ ਸ਼ਾਮ ਹਜੇ ਤੱਕ ਸਾਨੂੰ ਹੁੰਦਾ ਨਜ਼ਰ ਕੋਈ ਨਹੀਂ ਆਉਂਦਾ ਪਿਆ। ਤਾਂ ਅਸੀਂ ਇਹ ਰਿਕੁਐਸਟ ਕਰਾਂਗੇ ਚੌਧਰੀ ਖੁਰਮ ਖਾਨ ਵਿਰਕ ਸਾਹਿਬ ਅੱਗੇ ਕਿ ਜਿਹੜੇ ਤੁਸੀਂ ਆਵਾਮਨ ਦੇ ਨਾਲ ਵਾਅਦੇ ਕੀਤੇ ਨੇ ਕੰਮ ਦੇ ਕੰਮ ਉਹਨਾਂ ਨੂੰ ਪੂਰਾ ਕਰੋ ਤਾਂ ਕਿ ਆਉਣ ਵਾਲੇ ਇਲੈਕਸ਼ਨ 'ਚ ਆਵਾਮ ਤੁਹਾਡਾ ਫਿਰ ਇੱਕ ਵਾਰ ਭਰਪੂਰ ਤਰੀਕੇ ਦੇ ਨਾਲ ਸਾਥ ਦੇ ਸਕੇ। ਅਤੇ ਹੋਰ ਵੀ ਸਾਡੇ ਕੋਲ ਜਿਹੜੇ ਬਜ਼ੁਰਗ ਨੇ ਉਹ ਮੌਜੂਦ ਨੇ, ਇਹਨਾਂ ਕੋਲ ਵੀ ਅਸੀਂ ਪਿੰਡ ਦੇ ਮੁਤਲਕ ਵੀ ਕੋਈ ਸਵਾਲ ਕਰਨੇ। ਇਸ ਤਰ੍ਹਾਂ ਕਿ ਦੇਸ਼ ਅਤੇ ਪ੍ਰਦੇਸ਼ 'ਚ ਰਹਿਣ ਵਾਲੇ ਵੀਰੋ, ਤੁਹਾਨੂੰ ਪਤਾ ਅੱਜ ਅਸੀਂ ਪੰਜਾਬੀ ਬੈਠਕ ਦਾ ਪ੍ਰੋਗਰਾਮ ਕਰਨ ਡੇ ਹਾਂ ਪਿੰਡ ਰੁੜਕੀ, ਅਤੇ ਸਾਡੇ ਕੋਲ ਰੁੜਕੀ ਦੇ ਨੌਜਵਾਨ ਬਜ਼ੁਰਗ ਅਤੇ ਦੋਸਤ ਮੌਜੂਦ ਨੇ, ਇਹਨਾਂ ਕੋਲੋਂ ਵੀ ਪਿੰਡ ਦੇ ਬਾਰੇ 'ਚ ਜਾਣਨ ਦੀ ਕੋਸ਼ਿਸ਼ ਕਰਨੇ ਹਾਂ ਕਿ ਇਹਨਾਂ ਦੇ ਪਿੰਡ 'ਚ ਕਿਹੜੇ ਕਿਹੜੇ ਅਹਿਮ ਮਸਲੇ ਅਤੇ ਮਸਾਇਲ ਨੇ। ਅਸਲਾਮ ਵਾਲੇਕਮ ਜੀ। ਜੀ ਵਾਲੇਕਮ ਅਸਲਾਮ। ਕੀ ਨਾਮ ਹੈ ਆਪਣਾ ਜੀ? ਜੀ ਸਰਫਰਾਜ਼ ਅਹਿਮਦ ਨਾਮ। ਸਰਫਰਾਜ਼ ਸਾਹਿਬ, ਸਾਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਰੁੜਕੀ ਦੇ ਅੰਦਰ ਕਿਹੜੇ ਕਿਹੜੇ ਆਮ ਮਸਲੇ ਅਤੇ ਮਸਾਇਲ ਨੇ? ਮਸਲੇ ਮਸਾਇਲ ਤਾਂ ਜਨਾਬ ਬਹੁਤ ਜ਼ਿਆਦਾ ਨੇ, ਲੇਕਿਨ ਚੰਦ ਇੱਕ ਜਿਹੜਾ ਕਿ ਮਤਲਬ ਬਹੁਤ ਜ਼ਰੂਰੀ ਨੇ। ਸਭ ਤੋਂ ਮੇਨ ਵਜ੍ਹਾ ਹੈ ਕਿ ਸਾਡੇ ਪਿੰਡ ਇੰਟਰ ਹੋਣ ਵਾਸਤੇ ਰਸਤਾ ਕੋਈ ਨਹੀਂ। ਅਸਾਂ ਅਗਰ ਇੱਥੋਂ ਨਿਕਲਣਾ ਕੋਈ ਮਰੀਜ਼ ਮਤਲਬ ਅਸੀਂ ਹਸਪਤਾਲ ਖੜਨਾ ਤੇ ਕਮੋ ਪਈ ਸਾਨੂੰ ਘੰਟਾ ਡੇਢ ਲੱਗ ਜਾਂਦਾ ਸਾਡੇ ਇਹਨਾਂ ਮਤਲਬ ਪਿੰਡਾਂ ਤੋਂ ਚੌਂ ਦੇ ਵਿੱਚੋਂ ਨਿਕਲ ਕੇ ਮੇਨ ਰੋਡ 'ਤੇ ਲੱਗ ਚੜ੍ਹਦੇ ਹਾਂ, ਜਿਹੜਾ ਕਿ ਬਹੁਤ ਅਹਿਮ ਮਸਲਾ। ਕਿਸੇ ਰਸਤੇ ਤੋਂ ਵੀ ਅਸੀਂ ਆਪਣੇ ਪਿੰਡ ਇੰਟਰ ਹੀ ਨਹੀਂ ਹੋ ਸਕਦੇ, ਬਹੁਤ ਜ਼ਿਆਦਾ ਰਸਤੇ ਖਰਾਬ ਨੇ, ਸਮਝ ਆਈਏ। ਅਤੇ ਸਭ ਤੋਂ ਜ਼ਰੂਰੀ ਇਹ ਮਾਮਲਾ ਕਿ ਸਭ ਤੋਂ ਪਹਿਲਾਂ ਸਾਡੇ ਰਸਤੇ ਜਿਹੜੇ ਨਾ, ਕੋਈ ਇੱਕ ਰਸਤਾ ਹੀ ਸਾਡਾ ਮਤਲਬ ਸਾਨੂੰ ਦਿੱਤਾ ਜਾਏ ਸਾਫ਼, ਜਿਹਦੇ ਨਾਲ ਅਸੀਂ ਕੰਮ ਅਜ਼ ਕੰਮ ਕੋਈ ਮਰੀਜ਼ ਹਸਪਤਾਲ ਲੈ ਜਾਈਏ, ਕਿਤੇ ਕੋਈ ਜਾਣ ਵਾਲੇ ਤਾਂ ਮਸਲੇ ਸਾਡੇ ਹੱਲ ਹੋ ਜਾਣ। ਅੱਛਾ, ਸਰਕਾਰੀ ਸਕੂਲ ਇੱਥੇ ਹੈ ਵੇ? ਜੀ, ਸਰਕਾਰੀ ਸਕੂਲ ਹੈ ਸਾਡੇ ਇੱਥੇ। ਹੋਰ ਤੁਹਾਡੇ ਪਿੰਡ ਦੇ ਅੰਦਰ ਕਿਹੜਾ ਕੋਈ ਮਸਲਾ ਮਸਾਇਲ? ਹੋਰ ਜਨਾਬ ਇੱਥੇ ਮੋਬਾਈਲ ਹੈ,
ਤੇ ਇਹਦਾ ਕੋਈ ਸਿਗਨਲ ਕੋਈ ਨਹੀਂ, ਮੋਬਾਈਲ ਸਰਵਿਸ ਹੈ ਨਹੀਂ ਇੱਥੇ ਬਿਲਕੁਲ ਹੀ, ਮਤਲਬ ਸਮਝ ਲਓ ਲੋ ਸਿਗਨਲ ਹੈ। ਕਿੰਨਾ ਕੰਪਨੀ ਵੀ ਨਹੀਂ, ਮੈਂ ਲੱਗਦੀ ਹੈ ਕੀ ਕਹਿੰਦਾ ਪਹਿਲਾਂ ਸਾਡੀ ਆਵਾਜ਼ ਜਾਂਦੀ ਹੈ ਕਿਸੇ ਨੂੰ ਕਿ ਅਸੀਂ ਕੀ ਕਹਿੰਦੇ ਆਪੇ, ਸਮਝ ਆਈ ਹੈ। ਉਹ ਹੋਰ ਕੋਈ ਮਸਲਾ ਮਸਾਇਲ ਮਸਲੇ ਤੇ ਆ, ਮੇਨ ਇਹ ਹੈ ਕਿ ਸਾਡੇ ਚਾਰ ਚਫੇਰੇ ਪਿੰਡਾਂ ਦੇ ਵਿੱਚ ਗੈਸ ਲੱਗ ਚੁੱਕੀ ਹੈ। ਇਹ ਚਾਰ ਬਾਜਵਾ ਪਿੰਡ ਹੈ, ਦੁਰਮਾਲ ਹੀ ਹੈ, ਬਿਲਕੁਲ ਸਾਡੇ ਨਾਲ ਨੇ। ਸਾਡਾ ਪਿੰਡ ਮਾਸ਼ਾਅੱਲਾ ਰਕਬੇ ਦੇ ਲਿਹਾਜ਼ ਨਾਲ, ਆਬਾਦੀ ਦੇ ਲਿਹਾਜ਼ ਨਾਲ ਵੱਡਾ ਪਿੰਡ ਹੈ, ਸਮਝ ਆਈਏ। ਆਪਣੀ ਯੂਨੀਅਨ ਕੌਂਸਲ ਦੇ ਵਿੱਚੋਂ ਦੂਸਰੇ ਤੀਸਰੇ ਨੰਬਰ ਤੇ ਅਸੀਂ ਰਕਬੇ ਦੇ ਲਿਹਾਜ਼ ਨਾਲ, ਆਬਾਦੀ ਦੇ ਲਿਹਾਜ਼ ਨਾਲ, ਲੇਕਿਨ ਸਾਡੇ ਪਿੰਡ ਨਾ ਕੋਈ ਗੈਸ ਹੈ ਨਾ ਕੋਈ ਰਸਤਾ ਹੈ। ਤੇ ਇਹ ਜਦੋਂ ਸਿਆਸਤਦਾਨ ਤੁਹਾਡੇ ਇੱਥੇ ਵੋਟ ਲੈਣ ਆਉਂਦੇ ਨੇ, ਕਿਆ ਤੁਸੀਂ ਉਹਨਾਂ ਅੱਗੇ ਮੁਤਾਲਬੇ ਨਹੀਂ ਰੱਖਦੇ? ਸਿਆਸਤਦਾਨ ਆਉਂਦੇ ਨੇ ਉਹ ਜਨਾਬ ਸਾਡੇ ਨਾਲ ਸਾਰੇ ਵਾਅਦੇ ਮੁਆਦੇ ਕਰਕੇ ਜਾਂਦੇ ਨੇ ਕਿ ਇਨਸ਼ਾਅੱਲਾ ਅਸੀਂ ਮਤਲਬ ਇਕਤਦਾਰ ਚ ਆਉਂਦੇ ਹਾਂ ਤੇ ਅਸੀਂ ਇਹ ਵੀ ਹੱਲ ਕਰਾਂਗੇ, ਅਸੀਂ ਇਹ ਵੀ ਕਰਾਂਗੇ, ਲੇਕਿਨ ਉਹ ਅੱਲਾ ਦੇ ਫਜ਼ਲ ਨਾਲ ਜਦੋਂ ਆਉਂਦੇ ਨੇ ਤੇ ਫਿਰ ਅੱਗੋਂ 5 ਸਾਲਾਂ ਬਾਅਦ ਸਾਨੂੰ ਨਜ਼ਰ ਆਉਂਦੇ ਨੇ, ਉਸ ਤੋਂ ਪਹਿਲਾਂ ਫਿਰ ਨਜ਼ਰ ਹੀ ਨਹੀਂ ਆਉਂਦੇ। ਲਓ ਜੀ, ਪਿੰਡ ਰੁੜਕੀ ਦੇ ਅੰਦਰ ਸਭ ਤੋਂ ਜਿਹੜਾ ਮੇਨ ਮਸਲਾ ਹੈ, ਅਸੀਂ ਖੁਦ ਵੀ ਆਏ ਹਾਂ, ਰਸਤਾ ਇੱਥੇ ਕੋਈ ਨਹੀਂ। ਅਗਰ ਅੱਲਾ ਨਾ ਕਰੇ ਕੋਈ ਮਰੀਜ਼ ਜ਼ਿਆਦਾ ਸੀਰੀਅਸ ਹਾਲਤ ਹੋ ਜਾਂਦੀ ਹੈ ਤਾਂ ਉਹ ਇੱਥੋਂ ਜਿਸ ਤਰ੍ਹਾਂ ਦੇ ਰਸਤੇ ਨੇ, ਮੈਨੂੰ ਨਹੀਂ ਉਮੀਦ ਕਿ ਉਹ ਇੱਥੋਂ ਰਸਤੇ 'ਚ ਜਾਂਦਿਆਂ ਜਾਂਦਿਆਂ ਹੀ ਪਚ ਵੀ ਸਕਦਾ ਹੋਏਗਾ, ਆਪਣੀ ਜਾਨ ਦੀ ਬਾਜ਼ੀ ਹਾਰ ਜਾਂਦਾ ਹੋਏਗਾ। ਦੂਸਰਾ, MPA ਸਾਹਿਬ ਜਿਹੜੇ ਨੇ ਸਾਡੇ ਇੱਥੋਂ ਦੇ ਮੁਤਲਕਾ, ਉਹਨਾਂ ਨੇ ਜਿਸ ਨੂੰ ਵੀ ਆਪਣੇ ਕੋਈ ਜਲਸੇ ਜਲੂਸ ਕੀਤੇ ਤੇ ਲੋਕਾਂ ਨਾਲ ਵਾਅਦੇ ਕੀਤੇ ਕਿ ਜਿਨ੍ਹਾਂ ਪਿੰਡਾਂ ਦੇ ਅੰਦਰ ਗੈਸ ਹੈ ਨਹੀਂ, ਅਸੀਂ ਉਹਨਾਂ ਪਿੰਡਾਂ 'ਚ ਗੈਸ ਵੀ ਲਵਾਵਾਂਗੇ। ਤੇ ਇਹ ਪਿੰਡ ਦੇ ਚਾਰ ਚਫੇਰੇ ਗੈਸ ਹੈ ਵੇ, ਇਸ ਪਿੰਡ ਜਿਹੜਾ ਪਿੰਡ ਹੈ ਨਾ ਰੁੜਕੀ, ਇਹ ਗੈਸ ਜਿਹੜੀ ਸਹੂਲਤ ਜਿਹੜੀ ਹੈ ਨਾ ਉਹਦੇ ਤੋਂ ਮਹਿਰੂਮ ਹੈ। ਦੂਸਰਾ, ਇੱਥੇ ਅਫਸੋਸਨਾਕ ਇਹ ਵੀ ਗੱਲ ਹੈ ਕਿ ਖਾਸ ਕਰ ਜਿਹੜੀਆਂ ਕੰਪਨੀਆਂ ਲੱਖਾਂ ਰੁਪਈਏ ਇਕੱਠੀਆਂ ਕਰਦੀਆਂ ਨੇ, ਇਸ ਪਿੰਡ ਦੇ ਅੰਦਰ ਨਾ ਤਾਂ ਕੋਈ ਸਿਗਨਲ ਆਉਂਦੇ ਨੇ, ਨਾ ਇੱਥੇ ਕੋਈ ਇੰਟਰਨੈਟ ਦੀ ਕੋਈ ਸਰਵਿਸ ਹੈ, ਨਾ ਇੱਥੇ ਮੋਬਾਈਲ ਦੀ ਕਿਸੇ ਕੰਪਨੀ ਦੀ ਵੀ, ਕੰਪਨੀਆਂ ਦਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ, ਕਿਸੇ ਕੰਪਨੀ ਦੀ ਵੀ ਕੋਈ ਇੱਥੇ ਸਰਵਿਸ ਨਹੀਂ ਆਉਂਦੀ। ਲਿਹਾਜ਼ਾ ਇਹ ਸਰਵਿਸ ਜਿਹੜੀ ਹੈ ਕੰਪਨੀਆਂ ਨੂੰ ਚਾਹੀਦਾ ਕਿ ਇਹਨਾਂ ਪਿੰਡਾਂ 'ਚ ਆਪਣੇ ਟਾਵਰ ਲਗਾਉਣ, ਜਿਹੜੇ ਇਹਨਾਂ ਲੋਕਾਂ ਨੂੰ ਆਰਾਮ ਦੇ ਨਾਲ ਸਹੂਲਤ ਮਿਲ ਸਕੇ। ਅਤੇ ਦੂਸਰਾ, ਖੁਰਮ ਖਾਨ ਵਿਰਕ ਸਾਹਿਬ ਤੁਹਾਡੇ ਬਿਲਕੁਲ ਕਰੀਬ, ਬਿਲਕੁਲ ਕਰੀਬ ਪਿੰਡ ਹੈ, ਅਤੇ ਆਪਣੇ ਪਿੰਡਾਂ ਦਾ ਬਹੁਤਾ ਖਿਆਲ ਰੱਖਿਆ ਕਰੋ, ਕਿਉਂ ਇਹਨਾਂ ਨੇ ਜਿਹੜਾ ਆਪਣਾ ਕੰਮ ਸੀ ਉਹ ਕਰ ਛੜਿਆ, ਇਹਨਾਂ ਨੇ ਵੋਟ ਦੇ ਕੇ ਤੁਹਾਨੂੰ ਮੁੰਤਖਬ ਕਰ ਛੜਿਆ, ਅੱਗੋਂ ਹੁਣ ਕੰਮ ਤੁਹਾਡਾ। ਇਹਨਾਂ ਦੇ ਗਿਲੇ ਇਹੋ ਹੀ ਨੇ ਕਿ ਤੁਸੀਂ ਜਦੋਂ ਇਲੈਕਸ਼ਨ ਹੁੰਦਾ ਉਦੋਂ ਤੇ ਨਜ਼ਰ ਆਉਂਦੇ ਹੋ, ਜਦੋਂ ਇਲੈਕਸ਼ਨ ਗੁਜ਼ਰ ਜਾਂਦਾ ਉਦੋਂ ਤੁਸੀਂ 5 ਸਾਲ ਨਜ਼ਰ ਨਹੀਂ ਆਉਂਦੇ। ਅਗਰ ਇਹਨਾਂ ਦੇ ਨਾਲ ਕੋਈ ਮੁਸ਼ਕਲ, ਕੋਈ ਮੁਸੀਬਤ, ਕੋਈ ਫੌਤਗੀ ਹੋਈ ਹੈ ਤਾਂ ਉੱਥੇ ਵੀ ਪਹੁੰਚਿਆ ਕਰੋ, ਕਿਉਂਕਿ ਤੁਸੀਂ ਇਸ ਇਲਾਕੇ ਦੇ ਨੁਮਾਇੰਦੇ ਹੋ। ਰੁੜਕੀ ਦੇ ਬਜ਼ੁਰਗ ਵੀ ਸਾਡੇ ਕੋਲ ਮੌਜੂਦ ਨੇ, ਤੇ ਮਾਸ਼ਾਅੱਲਾ ਬੜੀ ਖੂਬਸੂਰਤ ਚਿਹਰਾ ਚਮਕਦਾ ਤੇ ਏਡੀ ਮਾਸ਼ਾਅੱਲਾ ਅੱਛੀ ਸਿਹਤ, ਇਹਨਾਂ ਨਾਲ ਵੀ ਚੰਦ ਗੱਲਾਂ ਕਰਨੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜਨਾਬ। ਕੀ ਨਾਮ ਹੈ ਆਪਣਾ? ਜਵੇਦ ਇਕਬਾਲ। ਜਵੇਦ ਇਕਬਾਲ ਸਾਹਿਬ, ਸਾਨੂੰ ਦੱਸੋ ਜ਼ਮਾਨਾ ਇਹ ਹੁਣ ਵਾਲਾ ਚੰਗਾ ਸੀ ਕਿ ਜਿਹੜਾ ਤੁਹਾਡੇ ਵਾਲਾ ਜ਼ਮਾਨਾ ਸੀ ਪਹਿਲਾਂ ਉਹ ਚੰਗਾ ਸੀ? ਜਿਹੜਾ ਸਾਡੇ ਵਾਲਾ ਸੀ ਉਹ ਚੰਗਾ ਸੀ। ਉਹ ਕਿਉਂ? ਉਦੋਂ ਮਹਿੰਗਾਈ ਘੱਟ ਸੀ, ਉਹ ਮਹਿੰਗਾਈ ਜ਼ਿਆਦਾ, ਹੁਣ ਲੋਕਾਂ ਦੇ ਨਹੀਂ ਪੂਰਾ ਹੁੰਦਾ ਪਿਆ ਕੰਮ। ਤੇ ਲੋਕਾਂ ਦਾ, ਤੁਹਾਡੇ ਪਿੰਡ ਦਾ, ਬਜ਼ੁਰਗਾਂ ਦੇ ਨਾਲ ਬੱਚਿਆਂ ਦਾ ਰਵੱਈਆ ਕੈਸਾ? ਅੱਛਾ ਵੇ, ਬਹੁਤ ਅੱਛਾ ਵੇ। ਤੇ ਕਿਹੜੀਆਂ ਉਸ ਦੌਰ ਦੀਆਂ ਕਿਹੜੀਆਂ ਮਾਸ਼ਾਅੱਲਾ ਖੁਰਾਕਾਂ ਖਾਂਦੇ ਰਹੇ ਹੋ? ਅੱਜ ਵੀ ਤੁਸੀਂ ਮਾਸ਼ਾਅੱਲਾ ਤੁਰਦੇ ਫਿਰਦੇ ਹੋ ਪਏ, ਕਿੰਨੀ ਉਮਰ ਹੋ ਗਈ? ਉਮਰ ਮੇਰੀ ਹੋ ਗਈ ਜੀ 55 ਸਾਲ। ਤੇ ਕਿਹੜੀ ਖੁਰਾਕ ਖਾਂਦੇ ਰਹੇ ਉਦੋਂ? ਉਦੋਂ ਖੁਰਾਕ ਇਹ ਹੁੰਦੀ ਸੀ, ਦੁੱਧ ਸ਼ੁੱਧ ਹੁੰਦਾ ਸੀ, ਘਿਓ ਘਰ ਦਾ ਹੁੰਦਾ ਸੀ, ਦੁੱਧ ਵੀ ਹੁੰਦਾ ਘਰ ਦਾ ਸੀ, ਉਹੀ ਖਾਂਦੇ ਪੀਂਦੇ ਹਾਂ, ਲੱਸੀ ਘਿਓ ਦੁੱਧ ਸ਼ੁੱਧ ਸਭ। ਹਾਂ ਜੀ ਬਿਲਕੁਲ। ਤੇ ਹੁਣ ਕੀ ਖਾਂਦੇ ਨੇ ਅੱਜ ਕੱਲ੍ਹ? ਹੁਣ ਕੁਝ ਚਾਰ ਖਾਂਦੇ ਆ। ਚਾਰ ਹੀ? ਹਾਂ, ਯਾਰ ਯੂਰੀ ਖਾਣੀ, ਉਹੀ ਖਾਣਾ। ਬਜ਼ੁਰਗਾਂ ਦਾ ਇਹ ਕਹਿਣਾ ਕਿ ਵਕਤ ਸਾਡੇ ਵਾਲਾ ਹੀ ਚੰਗਾ ਸੀ, ਤੇ ਲੇਕਿਨ ਸਾਡੇ ਜਿਹੜੇ ਹੁਣ ਇਸ ਪਿੰਡ ਦੇ, ਕਿਉਂ ਅਸੀਂ ਬੜਿਆਂ ਪਿੰਡਾਂ 'ਚ ਗਏ ਹਾਂ ਤੇ ਬਜ਼ੁਰਗਾਂ ਦੇ ਗਿਲੇ ਤੇ ਸ਼ਿਕਵੇ ਸੁਣੇ ਨੇ, ਤੇ ਲੇਕਿਨ ਇਸ ਪਿੰਡ ਦੇ ਜਿਹੜੇ ਨੌਜਵਾਨ ਨੇ, ਅਸੀਂ ਜਨਾਬ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨੇ ਆ, ਇਸ ਲਈ ਕਿ ਬਜ਼ੁਰਗਾਂ ਦਾ ਇਹ ਕਹਿਣਾ ਕਿ ਜਿਹੜੇ ਨੌਜਵਾਨ ਨੇ ਉਹ ਸਾਡੀ ਇੱਜ਼ਤ ਕਰਦੇ ਨੇ, ਤੇ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਿਆ ਕਰੋ,
ਯਕੀਨ ਕਰੋ ਜਿਹੜੇ ਵੱਡੇ ਬਜ਼ੁਰਗ ਹੁੰਦੇ ਨੇ ਸਾਡੇ ਨਾਲ ਉਮਰ 'ਚ ਜ਼ਿਆਦਾ ਹੁੰਦੇ ਨੇ, ਉਹਨਾਂ ਦਾ ਤਜਰਬਾ ਵੀ ਜ਼ਿਆਦਾ ਹੁੰਦਾ, ਉਹ ਤੁਹਾਨੂੰ ਹਮੇਸ਼ਾ ਨਸੀਹਤ ਦੀ ਕੋਈ ਗੱਲ ਕਰਨਗੇ, ਇੰਝ ਤੁਹਾਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਨਗੇ, ਅਤੇ ਕਦੇ ਕੋਈ ਗੱਲ ਕਰ ਵੀ ਛੱਡਣ ਤਾਂ ਉਹਨਾਂ ਦਾ ਗੁੱਸਾ ਨਾ ਕਰਿਆ ਕਰੋ। ਅਤੇ ਆਓ ਅੱਗੇ ਚੱਲਦੇ ਹਾਂ, ਅੱਗੇ ਮਜ਼ੀਦ ਜਾ ਕੇ ਇਸ ਪਿੰਡ ਦੇ ਮਸਲੇ ਮਸਾਇਲ ਉਜਾਗਰ ਕਰਨ ਦੀ ਕੋਸ਼ਿਸ਼ ਕਰਨੇ ਹਾਂ। ਲਓ ਜੀ ਸੱਜਣੋ ਮਿੱਤਰੋ, ਬੇਲੀਏ ਵੀਰੋ ਅਤੇ ਭਰਾਓ, ਜਿਸ ਤਰ੍ਹਾਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਮਾਸ਼ਾਅੱਲਾ ਇਲਾਜ ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋ ਗਿਆ, ਅਤੇ ਸਾਡੇ ਕੋਲ ਮਾਸ਼ਾਅੱਲਾ ਪਿੰਡ ਦੇ ਕਾਜ਼ੀ ਸਾਹਿਬ ਵੀ ਮੌਜੂਦ ਨੇ, ਅਤੇ ਇਹਨਾਂ ਕੋਲੋਂ ਨਾਤ ਮੁਬਾਰਕ ਦੇ ਜਿਹੜੇ ਚੰਦ ਬੋਲ ਨੇ ਉਹ ਸੁਣਨੇ ਆ ਜੀ। ਆਫ ਸਾਹਿਬ ਸੱਲੱਲਾਹੁ ਅਲੈਕਾ ਯਾ ਰਸੂਲੱਲਾ ਵਸੱਲਮ ਅਲੈਕਾ ਯਾ ਹਬੀਬੱਲਾ ਕੈਸੇ ਸਮਝੇਂਗੇ ਤੇਰੀ ਸ਼ਾਨ ਜ਼ਮਾਨੇ ਵਾਲੇ ਕੈਸੇ ਸਮਝੇਂਗੇ ਤੇਰੀ ਸ਼ਾਨ ਜ਼ਮਾਨੇ ਵਾਲੇ ਖੁਦ ਮਿਟੇਂਗੇ ਵੋ ਤੇਰਾ ਨਾਮ ਮਿਟਾਨੇ ਵਾਲੇ ਖੁਦ ਮਿਟੇਂਗੇ ਵੋ ਤੇਰਾ ਨਾਮ ਮਿਟਾਨੇ ਵਾਲੇ ਔਰ ਕਿਆ ਜ਼ਰੂਰਤ ਚਾਂਦ ਕਾ ਚਿਹਰਾ ਦੇਖੇ ਕਿਆ ਜ਼ਰੂਰਤ ਕਿ ਹਮ ਚਾਂਦ ਕਾ ਚਿਹਰਾ ਦੇਖੇ ਠਹਿਰੋ ਠਹਿਰੋ ਕਿ ਵੋ ਹੈ ਜ਼ੁਲਫ ਹਟਾਨੇ ਵਾਲੇ ਠਹਿਰੋ ਠਹਿਰੋ ਕਿ ਵੋ ਹੈ ਜ਼ੁਲਫ ਹਟਾਨੇ ਵਾਲੇ ਖੁਦ ਮਿਟੇਂਗੇ ਵੋ ਤੇਰਾ ਨਾਮ ਮਿਟਾਨੇ ਵਾਲੇ ਖੁਦ ਮਿਟੇਂਗੇ ਵੋ ਤੇਰਾ ਨਾਮ ਮਿਟਾਣੇ ਵਾਲੇ। ਮਾਸ਼ਾਅੱਲਾ ਆਪ ਸਭ ਨੇ ਬਹੁਤ ਖੂਬਸੂਰਤ ਜਿਹੜਾ ਨਾਤ ਹੈ ਉਹ ਪੇਸ਼ ਕੀਤੀ ਪੰਜਾਬੀ ਬੜਾ ਚੁੰਡਾ ਜਿਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਅਤੇ ਹੁਣ ਅੱਗੇ ਚੱਲਦੇ ਹਾਂ, ਅੱਗੇ ਜਾ ਕੇ ਮਜ਼ੀਦ ਜਿਹੜਾ ਪਿੰਡ ਦਾ ਮਾਹੌਲ ਹੈ ਉਹ ਆਪਣੇ ਯਾਰਾਂ ਦੋਸਤਾਂ ਨੂੰ ਅਸੀਂ ਬਹਾਨੇ। ਲੋਕਾਂ ਵਾਸਤੇ ਕੋਈ ਗੈਸ ਦਾ ਮਸਲਾ ਹੋ ਗਿਆ, ਹੋਰ ਵੀ ਬਹੁਤ ਸਾਰੇ ਮਸਲਾ ਨੇ, ਹਸਪਤਾਲ ਹੋ ਗਿਆ, ਸਕੂਲ ਦੇ ਮਸਲੇ ਹੋ ਗਏ, ਟੋਟਲ ਮਸਲੇ ਹੀ ਨੇ। ਡਿਸਪੈਂਸਰੀ ਕੋਈ ਨਹੀਂ? ਡਿਸਪੈਂਸਰੀ ਕੋਈ ਵੀ ਨਹੀਂ ਹੈ ਨੇ, ਲੇਕਿਨ ਉਹਨਾਂ ਦੇ ਵਿੱਚ ਇੰਤਜ਼ਾਮ ਕੋਈ ਨਹੀਂ, ਡਾਕਟਰ ਕੋਈ ਆ ਰਿਹਾ ਬਿਲਕੁਲ ਮਸਲਨ ਕਿ ਹਫ਼ਤੇ 'ਚ ਇੱਕ ਵਾਰੀ ਆ ਰਿਹਾ, ਇੱਕ ਹੀ ਬੰਦਾ ਹੈ ਪੂਰੇ ਹਸਪਤਾਲ ਦੇ ਵਿੱਚ, ਉਹਦੀ ਵੀ ਮਰਜ਼ੀ ਹੁੰਦੀ ਹੈ, ਆਉਂਦਾ ਜਦੋਂ ਉਹਦਾ ਦਿਲ ਕਰਦਾ ਉਹ ਛੁੱਟੀ ਕਰਕੇ ਟੁਰ ਜਾਂਦਾ। ਤੇ ਜਦੋਂ ਕੋਈ ਐਮਰਜੈਂਸੀ ਕੋਈ ਤੁਹਾਨੂੰ ਪੈਂਦੀ ਤਾਂ ਕਿੱਥੇ ਲੈ ਕੇ ਜਾਂਦੇ ਮਰੀਜ਼? ਚਵਿੰਡੇ, ਸਿਆਲਕੋਟ ਤੇ ਚਵਿੰਡੇ। ਇਸ ਤੋਂ ਇਲਾਵਾ ਕੋਈ ਤੁਹਾਡੇ ਕੋਲ ਹਾਲ ਨਹੀਂ? ਇਸ ਤੋਂ ਇਲਾਵਾ ਕੋਈ ਹਾਲ ਨਹੀਂ ਸਾਡੇ ਕੋਲ। ਤੇ ਰਾਹ ਕਦੋਂ ਦੇ ਬਣੇ ਨੇ ਤੁਹਾਡੇ ਪਿੰਡ ਨੂੰ? ਰਾਹ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਸਾਡੇ ਜੰਮਣ ਤੋਂ ਪਹਿਲਾਂ ਦੇ ਬਣੇ ਨੇ।
ਉਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਇੰਤਜ਼ਾਮ ਨਹੀਂ ਹੋਇਆ। ਇਲੈਕਸ਼ਨਾਂ ਦੇ ਵਿੱਚ ਸਿਆਸਤਦਾਨ ਆਏ ਨੇ ਤੁਹਾਡੇ ਕੋਲ? ਇਲੈਕਸ਼ਨਾਂ ਦੇ ਵਿੱਚ ਸਿਆਸਤਦਾਨ ਹਰ 5 ਸਾਲ ਬਾਅਦ ਸਾਡੇ ਕੋਲ ਆਉਂਦੇ ਨੇ, ਵਾਅਦੇ ਕਰਦੇ ਨੇ, ਵਾਅਦੇ ਬਾਜ਼ੀ ਕਰਦੇ ਨੇ, ਉਹ ਗਲੀਆਂ ਨਾਲੀਆਂ ਗੈਸ ਸਕੂਲ ਹਸਪਤਾਲ ਸਾਰਾ ਕੁਝ। ਲੇਕਿਨ ਉਹ ਹੀ ਜਿਹੜੇ 2 ਮਹੀਨੇ ਹੁੰਦੇ ਨੇ ਇਲੈਕਸ਼ਨਾਂ ਦੇ, ਉਹ ਹੀ ਸਾਡੇ ਕੋਲ ਆਉਂਦੇ ਨੇ, ਉਸ ਤੋਂ ਬਾਅਦ ਅਸੀਂ ਨਹੀਂ ਯਾਦ ਹੁੰਦੇ ਉਹਨਾਂ ਨੂੰ। ਭਾਜੀ ਹੋਰਾਂ ਦਾ ਇਹੋ ਹੀ ਕਹਿਣਾ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਿਆਸਤਦਾਨ ਆਉਂਦੇ ਨੇ, ਵਾਅਦੇ ਕਰਦੇ ਨੇ, ਜਦੋਂ ਉਹਨਾਂ ਨੂੰ ਇਕਤਦਾਰ ਮਿਲਦਾ ਬਾਅਦ ਦੇ ਵਿੱਚ ਉਹ 5 ਸਾਲ ਹਲਕੇ ਚੋਂ ਵੈਸੇ ਹੀ ਜਿਹੜਾ ਨਾ ਉਹ ਗਾਇਬ ਰਹਿੰਦੇ ਨੇ। ਅੱਗੇ ਆਓ, ਅੱਗੇ ਜਾ ਕੇ ਮਜ਼ੀਦ ਜਿਹੜਾ ਪਿੰਡ ਦਾ ਮਾਹੌਲ ਹੈ ਉਹ ਵੀ ਤੁਸੀਂ ਤੁਹਾਨੂੰ ਖਾਣੇ। ਲਓ ਜੀ ਸੱਜਣੋ ਮਿੱਤਰੋ, ਬੇਲੀਏ ਕੁੱਤੇ ਤੁਸਾਂ ਬੜੇ ਵੇਖੇ ਨੇ, ਪਿੰਡ ਰੁੜਕੀ ਏਡਾ ਵੱਡਾ ਕੁੱਤਾ ਤਕਰੀਬਨ ਅਸੀਂ ਪਹਿਲੀ ਵਾਰ ਮਿਲਨੇ ਪਏ ਹਾਂ ਅਤੇ ਇਹ ਭਾਈ ਵੀ ਸਾਡੇ ਕੋਲ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਦੀ ਨਸਲ ਜਿਹੜੀ ਹੈ ਉਹ ਪੁੱਛਦੇ ਹਾਂ ਕਿ ਇਹਦੀ ਨਸਲ ਕਿਹੜੀ ਹੈ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ, ਕੀ ਹਾਲ ਨੇ? ਠੀਕ ਹੋ ਜੀ? ਠੀਕ ਠਾਕ। ਅਤੇ ਭਾਜੀ ਇਹ ਕਿਹੜੀ ਨਸਲ ਦਾ ਜੀ? ਬੁਲੀ ਗਲਟੇਰ ਨਸਲ ਦਾ। ਬੁਲੀ ਗਲਟੇਰ ਜੀ। ਤੇ ਜਿਹੜਾ ਲੜਾਈਆਂ ਲੜੂਆਂ ਕਰਦੇ ਆ, ਖੁੰਡੇ ਛੁੰਡੇ ਨੂੰ ਵੱਜੇ ਦੇਣੇ, ਤੇ ਇਹ ਲੜਾਈਆਂ ਵਗੈਰਾ ਵੀ ਕਰਾਉਂਦੇ ਹੋ ਜੀ? ਜੀ, ਲੜਾਈ ਵਾਸਤੇ ਰੱਖਿਆ। ਲੜਾਈ ਵਾਸਤੇ ਜੀ? ਕੋਈ ਜਿੱਤੇ ਵੀ ਆਏ ਹੋਗੇ? ਹਰ ਵਾਰੀ ਜਿੱਤ ਕੇ ਆਇਆ ਕੁੱਤਾ। ਅੱਛਾ, ਤੇ ਵੱਡੇ ਤੋਂ ਵੱਡਾ ਕਿਹੜਾ ਨਾਮ ਜਿੱਤਿਆ ਜੀ? ਨਾਮ ਸ਼ਾਮ ਤੇ ਨਹੀਂ, ਇਸ ਤਰ੍ਹਾਂ ਹੀ ਬਸ ਕੁੱਤੇ ਰੱਖ ਲੜਾਈ ਛੜਾਈ ਕਢਾਈ ਦੀ ਹੈ, ਜਾਂ ਕੁੱਤਾ ਅਗਲਾ ਮਰ ਜਾਂਦਾ ਜਾਂ ਆਇਆ, ਤੇ ਬਾਕੀ ਅਗਲਿਆਂ ਦੇ ਨੁਕਸਾਨ ਹੋਇਆ। ਅੱਛਾ, ਮਤਲਬ ਜਿਹੜਾ ਕੁੱਤੇ ਨੇ ਮਰਨਾ ਉਹਨੇ ਦੂਸਰੇ ਨੇ ਜਿੱਤਣਾ, ਇੱਕ ਨੂੰ ਮਰਨਾ ਹੀ ਪੈਣਾ। ਹਾਂ, ਜਾਂ ਮਰਨਾ ਪੈਣਾ, ਜਾਂ ਗੁੱਟੀ ਛੁੱਟੀ ਦਾ ਨੁਕਸਾਨ ਹੋ ਜਾਂਦਾ। ਤੁਸੀਂ ਇਹ ਨਹੀਂ ਸਮਝਦੇ ਕਿ ਇਹ ਬੜਾ ਵੱਡਾ ਤੁਸੀਂ ਜ਼ੁਲਮ ਕਰਦੇ ਹੋ? ਜ਼ੁਲਮ ਕਰਦਾ ਜਦੋਂ ਰੱਖੀਦਾ, ਫਿਰ ਚੈੱਕ ਵੀ ਤਾਂ ਕਰਨਾ ਪੈਂਦਾ ਨਾ ਕਿ ਇਹਨਾਂ ਨੂੰ ਰੋਟੀ ਇਹ ਕਿਹੜਾ ਚੈੱਕ ਕਰ ਦਿਓਗੇ, ਜਾਂ ਇਹ ਬੰਦੇ ਨੂੰ ਉਂਝ ਹੀ ਬੰਦਾ ਕਿ ਜ਼ਿੰਦਗੀ ਮੌਤ ਦਾ ਸਵਾਲ ਹੋ ਜਾਂਦਾ। ਹਰ ਵਾਰੀ ਨਹੀਂ ਵੀ ਮਾਰਦਾ, ਲੱਤ ਛੱਤ ਜਾਂ ਤਾਂ ਅਗਲਾ ਨਸ ਜਾਂਦਾ। ਹਾਂ, ਨਸ ਜਾਂਦਾ, ਜਾਂ ਫਿਰ ਉਸ ਬੰਦੇ ਦੀ ਫਿਰ ਬੇਇੱਜ਼ਤੀ ਹੁੰਦੀ ਹੈ। ਛੱਡ ਕੇ ਅਗਲਾ ਨਸ ਜਾਏਗਾ ਤੇ ਉਹ ਹਰ ਬੰਦੇ ਦੀ ਬੇਇੱਜ਼ਤੀ ਹੋਏਗੀ। ਅੱਛਾ, ਤੇ ਇਹਦੀ ਖੁਰਾਕ ਕੀ ਜੇ? ਇਹਦੀ ਖੁਰਾਕ ਰੋਟੀ ਛੋਟੀ ਗੋਸ਼ਤ ਛੋਟੀ ਪਾਈਦਾ, ਤੇ ਜਦੋਂ ਇਹਨੂੰ ਲੜਾਉਣਾ ਹੋਏ ਤਿਆਰ ਕਰੀਦਾ, ਉਦੋਂ ਇਹਦੀ ਸੇਵਾ ਸ਼ੇਵਾ ਲਈਦੀ, ਉਂਝ ਰੋਟੀ ਛੋਟੀ ਜਾਂ ਦੁੱਧ ਛੋਟੀ ਪਾਈਦਾ। ਅੱਛਾ, ਕਿੰਨਾ ਦੁੱਧ ਪਾਉਂਦੇ ਹੋ ਇੱਕ ਦਿਨ 'ਚ? ਦੁੱਧ 1 ਕਿਲੋ ਪਾਈਦਾ ਸਵੇਰ ਨੂੰ, ਤੇ ਹੁਣ ਜ਼ਰਾ ਸੇਵਾ ਇਹਦੀ ਘੱਟ ਲੈ ਰਹੇ ਹਾਂ, ਤੇ ਹੁਣ ਇਹਨੂੰ ਟ੍ਰੇਨ ਕਰਨਾ ਫਿਰ। ਅੱਛਾ ਜੀ, ਕਦੋਂ ਆ ਰਿਹਾ ਇਹਦਾ ਦੰਗਲ? ਇਹ ਬਸ ਹੁਣ ਇਹਦੀ ਟ੍ਰੇਨਿੰਗ ਹੈ, ਹੁਣ 1-2 ਦਿਨ ਤੱਕ ਦੀ ਸ਼ੁਰੂ ਕਰ ਦੇਣੀ ਸੇਵਾ, ਇਹਨੂੰ ਛੱਡਣਾ ਥੋੜ੍ਹੀ ਦੇਰ ਤੱਕ, 1-1.5 ਮਹੀਨੇ ਤੱਕ। ਅੱਛਾ, ਇਹ ਸਿਆਲ ਆਉਣ ਦੀ ਦੇਰ। ਲਓ ਜੀ, ਸਿਆਲ ਆਉਣ ਦੀ ਦੇਰ ਤੇ 1-1.5 ਮਹੀਨੇ ਬਾਅਦ ਜਿਹੜਾ ਇਸ ਕੁੱਤੇ ਦਾ ਦੰਗਲ ਹੋਏਗਾ, ਤੇ ਪਤਾ ਲੱਗੇਗਾ ਕਿ ਇਹਦੀ ਇਹਨਾਂ ਨੇ ਕਿੰਨੀ ਕੁ ਸੇਵਾ ਕੀਤੀ ਹੈ। ਇਹ ਮੈਦਾਨ ਦੇ ਵਿੱਚ ਜਿੱਤ ਕੇ ਬਾਹਰ ਨਿਕਲਦਾ ਕਿ ਜਾਂ ਹਾਰ ਕੇ ਬਾਹਰ ਨਿਕਲਦਾ। ਇਹ ਪਿੰਡ ਅਸੀਂ ਵਿਹਨੇ ਪਏ ਹਾਂ, ਬੜਾ ਸੋਹਣਾ ਕੁੱਤਾ, ਇਹਨੂੰ ਕਹਿੰਦੇ ਨੇ ਬੁਲੀ ਗਲਟੇਰ ਭਾ, ਬੁਲੀ ਗਲਟੇਰ ਇਹਦੀ ਨਸਲ ਹੈ ਜੀ। ਤੇ ਕਮ ਅਜ ਕਮ 1 ਕਿਲੋ ਜਿਹੜਾ ਦੁੱਧ ਹੈ ਉਹ ਇਹਨੂੰ ਪਿਆਉਂਦੇ ਨੇ। ਅੱਜ ਕੱਲ੍ਹ ਮਹਿੰਗਾਈ ਬੜੀ ਹੈ, ਤੇ ਭਾਅ ਹੋਰਾਂ ਦੀ ਹਿੰਮਤ ਹੈ ਕਿ ਇਹਨੂੰ ਅੱਜ ਵੀ 1 ਕਿਲੋ ਦੁੱਧ ਜਿਹੜਾ ਪਿਆ ਰਹੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ, ਇਹ ਕੀ ਕਰਦੇ ਪਏ ਹੋ? ਪੱਠੇ ਬਾਜੀ ਜੀ ਕੁਤਰਦੇ ਜੀ। ਇਹ ਪੱਠੇ ਕਿੰਨਾਂ ਨੂੰ ਪਾਉਂਦੇ ਹੋ? ਪੱਠੇ ਮਹੀਆਂ ਨੂੰ ਪਾਉਂਦੇ ਜੀ। ਮਾਸ਼ਾਅੱਲਾ, ਕਿੰਨੀਆਂ ਮੱਝਾਂ ਰੱਖੀਆਂ? ਮੱਝਾਂ 7-8 ਜੇ ਮੱਝਾਂ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਦੁੱਧ ਜਿਹੜਾ ਉਹ ਤੁਸੀਂ ਮਿਲਾਵਟ ਵਾਲਾ ਵੇਚਦੇ ਹੋ ਜਾਂ ਫਿਰ ਦੁੱਧ ਜਿਹੜਾ ਸਹੀ ਅਸਲੀ ਵਾਲਾ? ਬਾਜੀ ਅਸੀਂ ਖਾਲਸ ਦੁੱਧ ਦੇਨੇ ਆ, ਗੋ ਦੋਦੀ ਜਿਹੜਾ ਉਹ ਮਿਲਾਵਟ ਕਰਦਾ, ਅਸੀਂ ਇਥੋਂ ਖਾਲਸ ਦੁੱਧ ਕੱਢਨੇ ਆ। ਕੁਛ ਲੋਕ ਦੁੱਧ ਦੇ ਵਿੱਚ ਨਾ ਪਾਊਡਰ ਵਗੈਰਾ ਵੀ ਇਸਤੇਮਾਲ ਕਰਦੇ? ਉਹ ਜਿਹੜੇ ਦੋਦੀ ਨੇ ਉਹ ਰਾਜ ਮਿਲਾਵਟ ਕਰਕੇ ਪਾਊਡਰ ਲੈ ਜਾਂਦੇ ਨੇ, ਇਥੋਂ ਮਿਲਾਵਟ ਨਹੀਂ ਹੁੰਦਾ ਜਿਹੜਾ ਦੁੱਧ ਆਹਾਂ ਦੇਣਾ ਹੁੰਦਾ। ਤੇ ਬਾਈ, ਕੁਛ ਅਸੀਂ ਸ਼ਹਿਰਾਂ 'ਚ ਅਸੀਂ ਲੋਕਾਂ ਨੇ ਸੁਣਿਆ ਕਿ ਦੋਦੀ ਅਕਸਰ ਦੁੱਧ ਚੋਣ, ਮੱਝਾਂ ਦੁੱਧ ਨਹੀਂ ਦੇਣ, ਤੁਹਾਨੂੰ ਇੰਜੈਕਸ਼ਨ ਵਗੈਰਾ ਵੀ ਕੋਈ ਲਗਾਉਂਦੇ ਨੇ? ਹਾਂਜੀ, ਇੰਜੈਕਸ਼ਨ ਵੀ ਲੱਗਦੇ ਨੇ, ਇਹ ਵੀ ਦਿੱਤਾ ਜਾਂਦਾ, ਥੂਮ ਵੀ ਦਿੱਤਾ ਜਾਂਦਾ, ਕੋਈ ਖੱਟੀਆਂ ਵੀ ਦਿੱਤੀਆਂ ਜਾਂਦੀਆਂ ਨੇ, ਬੜੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਜੇ ਫਿਰ ਜਿਹੜੀ ਮੱਝ ਨਾਲ ਦੁੱਧ ਦੇ। ਤੇ ਇਹਦੇ ਨਾਲ ਕੋਈ ਬੱਚੇ ਜਦੋਂ ਇਹ ਦੁੱਧ ਪੀਂਦੇ ਨੇ ਇੰਜੈਕਸ਼ਨ ਵਾਲਾ ਜਾਂ ਪਾਊਡਰ ਵਾਲਾ, ਇਹਦੇ ਨਾਲ ਬੱਚਿਆਂ ਨੂੰ ਨੁਕਸਾਨ ਨਹੀਂ ਹੁੰਦਾ? ਨਹੀਂ ਬਾਜੀ, ਉਹ ਨਹੀਂ ਕਾਖੀ, ਉਹ ਖੁਰਾਕ ਮੱਝ ਨੇ ਖਾਣੀ ਹੁੰਦੀ ਆ, ਅੱਗੋ ਖੁਰਾਕ ਲੱਗ ਕੇ ਮੱਝ ਨੂੰ ਫਿਰ ਉਹਦਾ ਦੁੱਧ ਬਣ ਕੇ ਫਿਰ ਜਾਣਾ, ਉਹਦੇ 'ਚ ਕੋਈ ਨੁਕਸਾਨ ਨਹੀਂ। ਜੇ ਉਹ ਖੁਰਾਕ ਨਾ ਅੱਛੀ ਲੱਗੇ ਤਾਂ ਮੱਝ ਨੂੰ ਹੀ ਨਹੀਂ ਲੱਗਦੀ। ਉਹ ਜਿਹੜਾ ਪਾਊਡਰ ਬਾਹਰ ਪਾਇਆ ਜਾਂਦਾ ਨਾ ਦੁੱਧੀ ਜਾਂਦੇ ਆ ਪਾਉਂਦੇ ਨੇ, ਉਹਦੇ ਨਾਲ ਬੱਚਿਆਂ ਨੂੰ ਨੁਕਸਾਨ ਪਹੁੰਚ ਸਕਦਾ। ਮਾਸ਼ਾਅੱਲਾ ਭਾਈ, ਤੁਹਾਡੀ ਕਿੰਨੀ ਉਮਰ ਹੋ ਗਈ ਹੋਏਗੀ?
ਸਾਡੀ ਉਮਰ 40 ਸਾਲ ਹੋ ਗਏ। 40 ਸਾਲ ਤੋਂ ਤੁਸੀਂ ਇਹੀ ਮੱਝਾਂ ਨੂੰ ਪੱਠੇ ਕੁੱਤਰ ਕੇ ਪਾਉਂਦੇ ਹੋ? ਹਾਂਜੀ। ਮਾਸ਼ਾਅੱਲਾ ਮਾਸ਼ਾਅੱਲਾ। ਤੁਹਾਨੂੰ ਵੈਸੇ ਪਿੰਡ ਦਾ ਮਾਹੌਲ ਅੱਛਾ ਲੱਗਦਾ ਜਾਂ ਸ਼ਹਿਰ ਦਾ? ਭਾਜੀ ਫਿਲਹਾਲ ਤੇ ਪਿੰਡ ਦਾ ਹੀ ਅੱਛਾ ਮਾਹੌਲ ਲੱਗਦਾ, ਕਿਉਂ ਇੱਥੇ ਹੀ ਜੰਮੇ ਭਲੇ ਆ, ਇਹੀ ਅੱਛਾ ਲੱਗਦਾ ਸਾਨੂੰ ਮਾਹੌਲ, ਕਿਉਂ ਇੱਥੇ ਰਹਿੰਦੇ ਜੋ ਆ ਤੇ ਇਹੀ ਅੱਛਾ ਲੱਗਦਾ ਮਾਹੌਲ। ਇੱਥੋਂ ਦੇ ਲੋਕ ਹੀ ਆਪਸ ਚ ਪਿਆਰ ਮੁਹੱਬਤ ਨਾਲ? ਹਾਂਜੀ, ਬਹੁਤ ਅੱਲਾਹ ਦਾ ਕਰਮ ਹੈ, ਇੱਕ ਦੂਜੇ ਦਾ ਬੜੀ ਚਾਹਤ ਕਰਦੇ ਨੇ ਤੇ ਬਹੁਤ ਪਿਆਰ ਮੁਹੱਬਤ ਹੈ, ਇੱਕ ਦੂਜੇ ਦੇ ਕੋਲ ਆ ਕੇ ਸ਼ਾਮ ਨੂੰ ਸੁਬਾਹ ਬਹਿੰਦੇ ਨੇ, ਹਾਲ ਸ਼ਾਲ ਪੁੱਛਦੇ ਨੇ, ਬੜਾ ਅੱਛਾ ਮਾਹੌਲ ਹੈ ਇੱਥੋਂ ਦਾ। ਲੋ ਜੀ, ਜਿਸ ਤਰ੍ਹਾਂ ਕਿ ਭਾਈ ਹੋਰਾਂ ਦੀ ਜ਼ਬਾਨੀ ਤੁਸੀਂ ਸੁਣਿਆ, ਭਾਈ ਹੋਰਾਂ ਨੂੰ ਕਾਫੀ ਇੰਨੀ ਗਰਮੀ 'ਚ ਪਸੀਨਾ ਵੀ ਆ ਰਿਹਾ, ਔਰ ਤੁਸੀਂ ਦੇਖ ਵੀ ਰਹੇ ਹੋ ਕਿ ਇੱਕ ਜਾਨਵਰ ਦੀ ਖਿਦਮਤ ਕਰਨਾ ਬਹੁਤ ਵੱਡੀ ਅੱਲਾਹ ਤਾਲਾ ਵੱਲੋਂ ਅਜਰ ਹੁੰਦਾ, ਤੇ ਮੈਂ ਕਹਿੰਦੀ ਹਾਂ ਕਿ ਬਹੁਤ ਇਹਨਾਂ ਵਾਸਤੇ ਬਹੁਤ ਹੀ ਮੈਂ ਸਮਝਦੀ ਹਾਂ ਕਿ ਇਹਨਾਂ ਨੂੰ ਮੇਰਾ ਸਲੂਟ ਕਰਨ ਨੂੰ ਦਿਲ ਵੀ ਕਰਦਾ ਪਿਆ ਕਿ ਇੰਨੀ ਗਰਮੀ ਦੇ ਵਿੱਚ ਪੱਠੇ ਪਾਉਣਾ ਉਹ ਵੀ ਜਾਨਵਰਾਂ ਨੂੰ, ਤੇ ਬਹੁਤ ਅੱਛੀ ਬਾਤ ਹੈ। ਚਲੋ ਹੁਣ ਅੱਗੇ ਚੱਲਦੇ ਹਾਂ, ਮਜ਼ੀਦ ਤੁਹਾਨੂੰ ਪਿੰਡ ਦੇ ਮਸਲੇ ਮਸਾਇਲ ਤੋਂ ਉਜਾਗਰ ਕਰਨੇ ਆ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਨਾਮ ਹੈ ਆਪਣਾ ਜੀ? ਮੁਹੰਮਦ ਆਸਿਫ। ਮੁਹੰਮਦ ਆਸਿਫ ਸਾਹਿਬ, ਸਾਨੂੰ ਦੱਸੋ ਤੁਹਾਡੇ ਪਿੰਡ 'ਚ ਕਿਹੜੇ ਆਮ ਮਸਲੇ ਮਸਾਇਲ ਨੇ? ਜਨਾਬ, ਸਾਡਾ ਪਿੰਡ ਜਿਹੜਾ ਇਸ ਇਲਾਕੇ ਦੇ ਵਿੱਚ ਸਭ ਤੋਂ ਬੜਾ ਪਿੰਡ ਹੈ। ਅੱਛਾ। ਇਸ ਇਲਾਕੇ ਤੋਂ ਚਵਿੰਡੇ ਤੋਂ ਇਲਾਵਾ, ਚਵਿੰਡੇ ਤੋਂ ਬਾਅਦ ਸਭ ਤੋਂ ਬੜਾ ਪਿੰਡ ਇਹ ਰੁੜਕੀ ਬਾਜਵਾ ਹੈ, ਲੇਕਿਨ ਇਸ ਪਿੰਡ ਦੇ ਵਿੱਚ ਆਉਣ ਵਾਸਤੇ ਕੋਈ ਵੀ ਰਸਤਾ ਨਹੀਂ ਹੈ ਜੀ। ਅਸੀਂ ਵੇਖਿਆ ਰਸਤਾ, ਕੱਚੇ ਪੱਕੇ, ਕੱਚੇ ਟੁੱਟੇ ਫੁੱਟੇ ਰੋਡ, ਤਕਰੀਬਨ ਇਸ ਪਿੰਡ ਦੇ ਵਿੱਚ 4 ਤੋਂ 5 ਰੋਡ ਇੰਟਰ ਹੁੰਦੇ ਨੇ, ਮੇਨ ਰੋਡ, ਲੇਕਿਨ ਉਹਨਾਂ ਦੀ ਸੂਰਤ ਹਾਲ ਇਹ ਵੇ ਕਿ ਬੰਦਾ ਸਾਈਕਲ, ਗੱਡੀ ਤੇ ਦੂਰ ਦੀ ਗੱਲ ਹੈ, ਬੰਦਾ ਸਾਈਕਲ ਤੇ ਨਹੀਂ ਜਾ ਸਕਦਾ। ਠੀਕ ਹੈ, ਤੁਸੀਂ ਵਿਜ਼ਿਟ ਕਰਿਓ। ਇੱਕ ਰੋਡ ਸਾਡਾ ਨਿਕਲਦਾ ਹੈ ਰੁੜਕੀ ਤੋਂ ਚਾੜ ਬਾਜਵਾ, ਦੂਸਰਾ ਨਿਕਲਦਾ ਹੈ ਰੁੜਕੀ ਤੋਂ ਇੰਗਨ, ਤੀਸਰਾ ਨਿਕਲਦਾ ਹੈ ਰੁੜਕੀ ਤੋਂ ਖਾਨਾ ਵਾਲੀ, ਚੌਥਾ ਨਿਕਲਦਾ ਹੈ ਰੁੜਕੀ ਤੋਂ ਸੈਬੇ ਵਾਲੀ, ਪੰਜਵਾਂ ਨਿਕਲਦਾ ਹੈ ਰੁੜਕੀ ਤੋਂ ਢੋਨੇ, ਛੇਵਾਂ ਨਿਕਲਦਾ ਹੈ ਰੁੜਕੀ ਤੋਂ ਸਲਾਨਕੇ, ਸਲੋਵਾਲ ਸਲਾਨਕੇ। ਲੇਕਿਨ ਤੁਸੀਂ 5 ਰੋਡਾਂ ਦੀ ਵਿਜ਼ਿਟ ਕਰੋ, ਇੱਕ ਵੀ ਰੋਡ ਐਸਾ ਨਹੀਂ ਹੈ ਕਿ ਜਿੱਥੇ ਬੰਦਾ ਪੈਦਲ ਹੀ ਜਾ ਸਕੇ। ਮਤਲਬ ਕਿ ਇਹ ਸਮਝ ਲਓ ਕਿ ਤੁਹਾਨੂੰ ਆਪਣੇ ਸ਼ੂਜ਼ ਜੁੱਤੀ ਹੱਥ 'ਚ ਫੜਨੀ ਪੈਣੀ ਹੈ, ਖਾਸ ਕਰ ਬਾਰਿਸ਼ ਦੇ ਮੌਸਮ ਵਿੱਚ, ਉਸ ਤੋਂ ਬਾਅਦ ਜਾ ਕੇ ਤੇ ਤੁਸੀਂ ਉਹ ਸਫ਼ਰ ਕਰੋਗੇ। ਅੱਲਾ ਨਾ ਕਰੇ ਕਿ ਤੁਹਾਡਾ ਮਰੀਜ਼ ਸੀਰੀਅਸ ਹਾਲਤ 'ਚ ਹੋ ਜਾਂਦਾ, ਤੁਹਾਨੂੰ ਕਿੱਥੇ ਲੈ ਕੇ ਜਾਂਦੇ? ਜਨਾਬ, ਅਸੀਂ 2 ਸਾਡੇ ਕੋਲ ਆਪਸ਼ਨ ਹੁੰਦੇ ਨੇ, ਇੱਕ ਚਵਿੰਡਾ ਤੇ ਦੂਸਰਾ ਸਿਆਲਕੋਟ। ਚਵਿੰਡੇ ਦਾ ਅਗਰ ਸੜਕ ਬਣੀ ਹੋਵੇ ਤੇ ਟੋਟਲ 5 ਮਿੰਟ ਦਾ ਰਸਤਾ ਹੈ, ਲੇਕਿਨ ਸਾਨੂੰ ਉੱਥੇ ਜਾਣ ਵਾਸਤੇ 35 ਮਿੰਟ ਦਰਕਾਰ ਨੇ। ਚਵਿੰਡੇ ਦਾ ਰਸਤਾ ਤਕਰੀਬਨ ਸਾਡੇ ਸਿਆਲਕੋਟ ਦਾ, ਅਗਰ ਸੜਕ ਠੀਕ ਹੋਵੇ ਤਾਂ ਅਸੀਂ 15 ਮਿੰਟ ਦੇ ਵਿੱਚ ਸਿਆਲਕੋਟ ਪਹੁੰਚ ਜਾਂਦੇ ਹਾਂ, ਲੇਕਿਨ ਉਸ ਵਾਸਤੇ ਸਾਨੂੰ 1.5 ਘੰਟਾ ਜਾਂ 1 ਘੰਟਾ ਸਾਨੂੰ ਤੈਅ ਕਰਨਾ ਪੈਂਦਾ। ਜਿਹੜੇ ਹਲਕੇ ਦੇ ਨੁਮਾਇੰਦੇ ਨੇ ਜਦੋਂ ਇੱਥੇ ਵੋਟ ਲੈਣ ਆਉਂਦੇ ਨੇ, ਉਹਨਾਂ ਨੂੰ ਮੁਤਾਲਬਾ ਨਹੀਂ ਰੱਖਦੇ ਕਿ ਸਾਡੇ ਰਸਤੇ ਨਹੀਂ ਟੁੱਟੇ ਨੇ ਤੇ ਸਾਡਾ ਕੋਈ ਇਹਦਾ ਇੰਤਜ਼ਾਮ ਕੀਤਾ ਜਾਏ? ਅਲੀ ਜ਼ਾਹਦ ਆਮਾ ਸਾਹਿਬ ਤੇ ਮਾਸ਼ਾਅੱਲਾ, ਉਹ ਤੇ ਸਮਝ ਲਓ ਕਿ ਹਰ ਸਾਲ, ਹਰ 5 ਸਾਲ ਤੋਂ ਬਾਅਦ MNA ਉਹ ਹੁੰਦੇ ਨੇ, ਲੇਕਿਨ ਐਤਕਾਂ MPA ਸਾਡੇ ਚੌਰੀ ਖੁਰਮ ਵਿਰਕ ਸਾਹਿਬ ਬਦਲੇ ਨੇ, ਉਹਨਾਂ ਨੇ ਇਨਸ਼ਾਅੱਲਾ ਸਾਡੇ ਨਾਲ ਵਾਅਦੇ ਕੀਤੇ ਹੋਏ ਨੇ, ਕਾਫੀ ਸਾਰੇ ਵਾਅਦੇ ਕੀਤਾ ਨੇ ਕਿ ਮੈਂ ਜਿੰਨੀਆਂ ਵੀ ਸੜਕਾਂ ਇਸ ਇਲਾਕੇ ਦੀਆਂ ਮੈਂ ਸਾਰਿਆਂ ਨੂੰ ਨਵੇਂ ਸਿਰੇ ਤਾਮੀਰ ਕਰਵਾਵਾਂਗਾ, ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਕੋਈ ਅਸੈਂਬਲੀ ਦੇ ਵਿੱਚ ਬਿੱਲ ਵੀ ਮਨਜ਼ੂਰ ਕਰਵਾਏ ਨੇ। ਚਵਿੰਡਾ ਤੋਂ ਸਬਜ਼ਪੀ ਰੋਡ, ਮੇਰਾ ਖਿਆਲ ਉਹਦਾ ਕੰਮ ਵੀ ਸ਼ੁਰੂ ਹੋ ਗਿਆ ਵੇ। ਇਸ ਤੋਂ ਇਲਾਵਾ ਮੈਂ ਇੱਕ ਰੋਡ ਹੋਰ ਦੇਖਿਆ, ਉਹਦਾ ਵੀ ਕੰਮ ਸ਼ੁਰੂ ਹੋਇਆ, ਤੇ ਮੈਨੂੰ 100% ਉਮੀਦ ਹੈ ਕਿ ਇਨਸ਼ਾਅੱਲਾ ਚੌਰੀ ਖੁਰਮ ਵਿਰਕ ਸਾਹਿਬ ਜਿਹੜੇ ਨੇ ਉਹ ਸਾਡੇ ਹਲਕੇ ਦਾ ਕੰਮ ਜਿਹੜਾ ਉਹ ਜ਼ਰੂਰ ਕਰਵਾਉਣ ਦੀ ਉਮੀਦ ਕੀਤੀ ਜਾਂਦੀ, ਕਿਉਂਕਿ ਕੰਮ ਉਹਨੇ ਸ਼ੁਰੂ ਕਰਵਾਇਆ ਵੇ, ਲੇਕਿਨ ਮੈਂ ਉਮੀਦ ਤੇ ਜ਼ਿੰਦਾ ਵਾਂ ਕਿ ਇਨਸ਼ਾਅੱਲਾ ਉਹ ਕੰਮ ਕਰਵਾਉਣ ਦੇ। ਇਸ ਤੋਂ ਪਹਿਲਾਂ ਮੈਨੂੰ ਤਾਂ ਕੋਈ ਕੰਮ ਨਜ਼ਰ ਨਹੀਂ ਆਇਆ। ਆਪਣੇ ਹਲਕੇ ਦੇ ਸਿਆਸਤਦਾਨ ਨੂੰ ਕੀ ਮੈਸੇਜ ਦਿਓ? ਮੈਂ ਚੌਰੀ ਖੁਰਮ ਵਿਰਕ ਸਾਹਿਬ ਨੂੰ ਮੈਸੇਜ ਦੇਵਾਂਗਾ ਔਰ ਅਲੀ ਜ਼ਾਹਦ ਆਮਾ ਸਾਹਿਬ ਨੂੰ ਮੈਸੇਜ ਦੇਵਾਂਗਾ ਕਿ ਅਲੀ ਸਾਹਿਬ, ਤੁਸੀਂ ਕਾਫੀ ਅਰਸੇ ਤੋਂ ਮਾਸ਼ਾਅੱਲਾ ਖਾਸ ਕਰ ਸਾਡੇ ਪਿੰਡ ਦੇ ਵਿੱਚ ਵਿਨ ਕਰ ਰਹੇ ਹੋ MNA ਦੀ ਸੀਟ ਤੇ, ਚੌਰੀ ਖੁਰਮ ਵਿਰਕ ਸਾਹਿਬ ਤੇ ਪਹਿਲੀ ਦਫਾ ਆਏ ਨੇ,
ਠੀਕ ਹੈ, ਇਨਸ਼ਾਅੱਲਾ ਉਹਨਾਂ ਵੀ ਇਸ ਸਾਡੇ ਹਲਕੇ ਦੇ ਵਿੱਚ ਵਿਨ ਕੀਤਾ ਵੇ ਚੋਰੀ ਖੁਰਮ ਵਿਰਕ ਸਾਹਿਬ ਨੇ, ਔਰ ਮਾਸ਼ਾਅੱਲਾ ਹੈ ਵੀ ਉਹ MPA ਨੇ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਚੋਰੀ ਖੁਰਮ ਵਿਰਕ ਸਾਹਿਬ ਤੁਸੀਂ ਬਾਕੀ ਤੇ ਮਾਸ਼ਾਅੱਲਾ ਉਮੀਦ ਮੈਨੂੰ ਕੰਮ ਕਰਵਾ ਰਹੇ ਹੋ, ਲੇਕਿਨ ਸਾਡੇ ਪਿੰਡ ਦਾ ਵੀ ਥੋੜਾ ਜਿਹਾ ਨਾ ਜਿਹੜਾ ਖਾਸ ਕਰ ਛੋਟੀਆਂ ਸੜਕਾਂ ਸਾਡੇ ਪਿੰਡ ਦੇ ਵਿੱਚ ਇੰਟਰ ਹੁੰਦੀਆਂ ਨੇ, ਛੋਟੇ ਛੋਟੇ ਟੋਟੇ ਨੇ ਕੋਈ 3 ਕਿਲੋਮੀਟਰ ਦਾ, 2 ਕਿਲੋਮੀਟਰ ਦਾ, ਪਲੀਜ਼ ਇਹਨਾਂ ਤੇ ਵੀ ਥੋੜਾ ਜਿਹਾ ਧਿਆਨ ਦਵੋ ਤਾਂ ਕਿ ਮੇਨ ਸੜਕ ਤੋਂ ਅਸੀਂ ਆਪਣੇ ਪਿੰਡ ਵੀ ਆ ਜਾਈਏ। ਮੈਂ ਰਿਕੁਐਸਟ ਕਰਾਂਗਾ ਉਹਨਾਂ ਅੱਗੇ ਕਿ ਸਰ ਪਲੀਜ਼ ਜਿਹੜੇ ਸਾਡੇ ਪਿੰਡ 'ਚ ਇੰਟਰ ਹੁੰਦੇ ਨੇ ਛੋਟੇ ਲਿੰਕ ਰੋਡ, ਪਲੀਜ਼ ਉਹਨਾਂ 'ਤੇ ਵੀ ਥੋੜਾ ਜਿਹਾ ਧਿਆਨ ਦਵੋ ਜੀ। MNA ਅਲੀਜ਼ਾਨ ਸਾਹਿਬ ਔਰ MPA ਚੋਰੀ ਖੁਰਮ ਵਿਰਕ ਸਾਹਿਬ, ਇਹ ਲੋਕਾਂ ਦੀਆਂ ਜਿਹੜੀਆਂ ਤੁਹਾਡੇ 'ਤੇ ਉਮੀਦਾਂ ਨੇ ਨਾ, ਇਹਨਾਂ ਨੂੰ ਉਮੀਦਾਂ ਦੀਆਂ ਤੋੜਿਓ ਨਾ, ਇੱਥੇ ਜ਼ਰੂਰ ਪਹੁੰਚੋ, ਆ ਕੇ ਇਹਨਾਂ ਦੇ ਇਲਾਕੇ ਦੇ ਇਹਨਾਂ ਦੇ ਸੜਕਾਂ ਜਿਹੜੀਆਂ ਨੂੰ ਵੇਖੋ ਕਿ ਉਹਨਾਂ ਦਾ ਕੀ ਹਾਲ ਹੈ, ਕਿਸ ਤਰ੍ਹਾਂ ਉੱਥੇ ਜਾਂਦੇ ਨੇ, ਅਤੇ ਖੁਦਾਰਾ ਇਹਨਾਂ ਦੀ ਇਹੀ ਅਪੀਲ ਹੈ ਕਿ ਮਿਹਰਬਾਨੀ ਕਰੋ ਅਤੇ ਜਿਹੜੇ ਤਰੱਕੀਆਤੀ ਕੰਮ ਨੇ ਨਾ, ਇਹਨਾਂ 'ਚ ਕੁਛ ਹਿੱਸਾ ਸਾਡੇ ਪਿੰਡਾਂ ਵੱਲ ਵੀ ਲੈ ਕੇ ਆਓ ਤਾਂ ਕਿ ਸਾਡੇ ਲੋਕਾਂ ਨੂੰ ਵੀ ਆਸਾਨੀ ਹੋ ਸਕੇ। ਅਸਲਾਮ ਅਲੈਕਮ। ਵਾਲੇਕਮ ਸਲਾਮ। ਭਲਵਾਨ ਜੀ ਕੀ ਹਾਲ ਨੇ? ਸ਼ੁਕਰ ਅੱਲਾ ਦਾ। ਬੜੀ ਛਾਤੀ ਚੌੜੀ ਕਰਕੇ ਮਾਸ਼ਾਅੱਲਾ ਖਲੋਤੇ ਹੋ ਜੀ, ਤੇ ਤੁਸੀਂ ਕਿੰਨੀ ਉਮਰ ਹੋਵੇ ਤੁਹਾਡੀ? 60 ਸਾਲ। 60 ਸਾਲ ਜੀ ਆ। ਤੇ ਭਲਵਾਨ ਵੀ ਕਰਦੇ ਰਹੇ ਹੋ? ਕਰਦੇ ਰਹੇ। ਤੁਹਾਡਾ ਖਲੋਣ ਦਾ ਜਿਹੜਾ ਸਟਾਈਲ ਹੈ ਭਲਵਾਨਾਂ ਦਾ ਹੀ ਕਰਦੇ ਰਹੇ ਭਲਵਾਨੀ। ਅੱਛਾ ਤੇ ਅੱਛਾ, ਪਹਿਲਾਂ ਖੁਰਾਕਾਂ ਜਿਹੜੀਆਂ ਕਿਹੜੀਆਂ ਹੁੰਦੀਆਂ? ਘਿਓ, ਕੀਮਾ, ਗੋਸ਼ਤ, ਦੁੱਧ, ਫਰੂਟ। ਹੁਣ ਸਾਦੀ ਰੋਟੀ ਬਸ ਬਸ। ਦੁੱਧ ਹੁਣ ਵੀ ਲੱਭ ਜਾਂਦਾ, ਫਰੂਟ ਹੁਣ ਵੀ ਲੱਭ। 200 ਰੁਪਏ ਕਿਲੋ ਲੱਭਦਾ ਜਨਾਬ, 200 ਰੁਪਏ ਦੀ ਕਮਾਈ ਨਹੀਂ ਹੁਣ। ਮੈਂ ਕਿਹਾ ਮਹਿੰਗਾਈ ਜ਼ਿਆਦਾ ਹੋ ਗਈ ਹੈ ਤੇ ਚੀਜ਼ਾਂ ਰੇਟ ਵੱਧ ਗਏ ਜ਼ਿਆਦਾ ਹੋ ਗਏ, ਜਿਹੜੀਆਂ ਨੇ ਉਹ ਖਾਧੀਆਂ ਵੀ ਹੁਣ ਜਾਂਦੀਆਂ ਨਹੀਂ, ਖਾਧੀਆਂ ਨਹੀਂ ਜਾਂਦੀਆਂ ਹੁਣ, ਬੱਚੇ ਖਾਣ ਕੇ ਹੀ ਖਾਈਏ। ਤੇ ਬਿਜਲੀ ਦਾ ਬਿੱਲ? ਬਿਜਲੀ ਦਾ ਬਿੱਲ ਅੱਲਾ ਦੀ ਦਾਤ ਦੀ ਤਾਰ ਦੀ ਮਾਸ਼ਾਅੱਲਾ ਬੇਬਾ ਹੈ, ਬੇਬਾ ਆਉਂਦੇ ਨੇ। ਹਾਂ ਬੇਬਾ ਆਉਂਦੇ ਨੇ। ਤੇ ਤੁਹਾਡੀ ਨਜ਼ਰ ਵਿੱਚ ਮਹਿੰਗਾਈ ਕਿੰਨੀ ਹੋ ਗਈ? ਮਹਿੰਗਾਈ 100% ਦੀ ਹੋ ਗਈ, ਹੁਣ ਘੱਟ ਨਹੀਂ ਰਹੀ। ਹਾਂ 100 ਚ 100 ਹੀ ਹੈ। 23,000 ਪੈਨਸ਼ਨ ਤੇ 24,000 ਮੈਂ ਬਿੱਲ ਦੇਣਾ। ਕਾਹਦੀ ਡਿਊਟੀ ਕਰਦੇ ਰਹੇ ਹੋ? ਮੈਂ ਆਰਮੀ ਸਰਵਿਸ ਕਰਕੇ ਆਇਆ। ਮਾਸ਼ਾਅੱਲਾ ਆਰਮੀ ਸਰਵਿਸ ਕਰਦੇ ਜੀ। ਤੇ ਹੁਣ ਗੁਜ਼ਾਰਾ ਹੋ ਜਾਣਾ 23-24 ਹਜ਼ਾਰ ਨਾਲ? ਨਹੀਂ 23-24 ਕਿੰਨਾ, ਕਿਹੜਾ ਆਪਣੀ ਜ਼ਮੀਨ ਨੇ ਕੋ ਦਾਣੇ ਸ਼ਾਣੇ ਕਰਦੇ, ਬਿੱਲ ਹੀ ਮਸਾ ਧਰਦਾ ਤਨਖਾਹ ਨਾ, ਜਿਹੜੀ ਗੌਰਮੈਂਟ ਦਿੰਦੀ ਵਾਪਸ ਲਾਈ ਦੀ, ਅੱਜ ਦਿੰਦੀ ਪਰਸੋਂ ਪਹਿਲੀ ਨੂੰ ਲਾਈ ਜਾਂਦੀ। ਇਹੋ ਕਹਿਣਾ ਇਹਨਾਂ ਜੀ, ਹੁਣ ਮਹਿੰਗਾਈ ਇੰਨੀ ਹੋ ਗਈ ਹੈ, ਇੱਧਰ ਗੌਰਮੈਂਟ ਸਾਨੂੰ ਦਿੰਦੀ ਹੈ ਤੇ ਬਿੱਲਾਂ ਦੀ ਮੱਧ ਦੇ ਵਿੱਚ ਲਾਈ ਜਾਂਦੀ ਹੈ, ਤੇ ਹੋਰ ਵੀ ਸਾਡੇ ਕੋਲ ਨੌਜਵਾਨ ਮੌਜੂਦ ਨੇ, ਇਹਨਾਂ ਕੋਲ ਅਸੀਂ ਪਿੰਡ ਦਾ ਕੋਈ ਮਸਲਾ ਪੁੱਛਨੇ ਆ। ਅਸਲਾਮ ਅਲੈਕਮ। ਵਾਲੇਕਮ ਸਲਾਮ। ਕੀ ਹਾਲ ਨੇ ਭਾਜੀ? ਠੀਕ ਹੈ ਜਨਾਬ। ਤੁਸੀਂ ਸਾਨੂੰ ਦੱਸੋ ਤੁਹਾਡੇ ਪਿੰਡ ਦਾ ਜਿਹੜਾ ਕੋਈ ਅਹਿਮ ਮਸਲਾ ਕਿਹੜਾ? ਆਹ ਮਸਲਾ ਤੇ ਕੋਈ ਵੀ ਨਹੀਂ ਹੈ ਸਰ, ਮਹਿੰਗਾਈ ਦੇ ਦੌਰ, ਸਾਰੀ ਦੁਨੀਆ ਮਜਬੂਰ ਹੈ, ਕਾਰੋਬਾਰ ਕੋਈ ਵੀ ਨਹੀਂ ਹੈ, ਤੇ ਬਸ ਬਿੱਲਾਂ ਛਿੱਲਾਂ ਵਾਲੇ ਪਾਸੇ ਜ਼ਲੀਲ ਹੋਣ ਡੇ, ਦੁਨੀਆ ਟੁੱਕਰ ਲੱਭਦਾ ਨਹੀਂ, ਨਾ ਕੋਈ ਨੌਕਰੀ ਲੱਭਦੀ ਹੈ, ਵਿਹਲੇ ਲੋਕੀ ਖੱਜਲ ਹੋਣ ਡੇ ਨੇ ਇੱਥੇ। ਅੱਛਾ ਤੁਸੀਂ ਸਾਡੇ ਕੋਲ 5-7 ਬਜ਼ੁਰਗ ਹੋ, 9 ਜਵਾਨ ਵੀ ਖਲੋਤੇ ਹੋ, ਅਸੀਂ ਤੁਹਾਡੇ ਕਬਰਸਤਾਨ ਗਏ ਹਾਂ। ਹਾਂਜੀ। ਕਬਰਸਤਾਨ ਦੇ ਵਿੱਚ ਜੜੀ ਬੂਟੀਆਂ ਬੜੀਆਂ ਉੱਗੀ ਦੀਆਂ ਨੇ, ਕਬਰਸਤਾਨ ਜਿਹੜਾ ਕਬਰਾਂ ਬਹਿ ਗਈ ਦੀਆਂ ਨੇ, ਉਸ ਤੋਂ ਬਾਅਦ ਉਹ ਮਤਲਬ ਕਿ ਇੰਨੀਆਂ ਕੋਈ ਬੈਠੀਆਂ ਕਿ ਸਾਫ ਅੰਦਰੋਂ ਨਜ਼ਰ ਆਉਂਦਾ ਕਿ ਆਇਆ ਕੋਈ ਕਬਰਸਤਾਨਾਂ ਵੱਲ ਜਾ ਕੇ ਕੋਈ ਦੁਆ ਸ਼ਵਾ ਜਾਂ ਮਿੱਟੀ ਛਿੱਟੀ ਨਹੀਂ ਪਾਉਂਦੇ? ਜਾਂਦੇ ਨੇ ਲੋਕੀ ਕਬਰਸਤਾਨ ਜੁਮੇ ਵਾਲੇ ਦਿਨ ਜਿਹੜੇ ਜੁਮਾ ਪੜ੍ਹਦੇ ਨੇ, ਤੇ ਦੂਸਰੇ ਜਿਹੜੇ ਨਹੀਂ ਜਾਂਦੇ ਉਹਨਾਂ ਦੀਆਂ ਕਬਰਾਂ ਬੈਠੀਆਂ ਨੇ ਵਿੱਚ, ਰੋਣਾ ਛੋਣਾ ਪਈਆਂ ਨੇ। ਨਹੀਂ ਉਹ ਜਿਹੜੀ ਬੂਟੀ ਉਹ ਤਕਰੀਬਨ ਸਾਰੀ ਉੱਗੀ ਦੀ ਉੱਗੀ ਦੀ ਹਰ ਕਬਰ ਸਪਰੇ ਕੀਤੀ ਹੈ, ਕੋਈ 2 ਮਹੀਨੇ ਪਹਿਲੇ ਸਪਰੇ ਕੀਤੀ ਹੈ। ਅੱਛਾ। ਤੇ ਉਹ ਹੁਣ ਸੜੇਗੀ ਤੇ ਫਿਰ ਦੁਬਾਰਾ ਉੱਗੇਗੀ, ਗੁਣਾ ਤੇ ਨਹੀਂ ਹੈ। ਤੁਸੀਂ ਇਹ ਤੁਹਾਨੂੰ ਨਹੀਂ ਲੱਗਦਾ ਕਿ ਪਿੰਡ ਦੀ ਕੋਈ ਕਮੇਟੀ ਹੋਣੀ ਚਾਹੀਦੀ ਜਿਹੜੀ ਕਮ ਸੇ ਕਮ ਕਬਰਸਤਾਨ ਨੂੰ ਸਾਫ਼ ਕਰੇ, ਕਿਉਂਕਿ ਉਹ ਸਾਡੇ ਤੁਹਾਡੇ ਜਿਹੜੇ ਨੇ ਵੱਡੇ ਲੇਟੇ ਦੇ ਨੇ, ਤੇ ਹਰ ਰੋਜ਼ ਦੇ ਨਹੀਂ ਤੇ ਕਮ ਸੇ ਕਮ ਹਫ਼ਤੇ ਦੇ ਜਾ ਕੇ ਬੰਦਾ ਇੱਕ ਵਾਰ ਆਪਣੇ ਪਿਆਰੇ ਦੀ ਕਬਰ ਵੇਖੇ, ਕਿਉਂਕਿ ਅਰੇ ਸਾਡੇ ਵੱਡੇ ਵੀ ਤੇ ਰਹਿਣਾ ਆਸਾਨੀ ਨਹੀਂ। ਠੀਕ ਹੈ। ਤੇ ਸਾਨੂੰ ਇਹ ਚਾਹੀਦਾ ਨਹੀਂ ਕਿ ਕਬਰਸਤਾਨ ਜਿਸ ਅਸੀਂ ਘਰਾਂ ਦੀ ਸਫਾਈ ਕਰਦੇ ਹਾਂ, ਕਬਰਸਤਾਨ ਦੀ ਸਫਾਈ ਕਬਰਸਤਾਨ ਤੇ ਸਾਫ਼ ਸੁਥਰਾ ਹੋਣਾ ਚਾਹੀਦਾ ਨਾ, ਅਸਾਂ ਵੀ ਉੱਥੇ ਜਾਣਾ,
ਲੇਕਿਨ ਉਹ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ। ਲੇਕਿਨ ਨਹੀਂ ਲੋਕੀ ਇਸ ਚੀਜ਼ ਤੇ ਗੌਰ ਕਰਦੇ, ਨਹੀਂ ਕਿਸੇ ਕੋਲ ਟਾਈਮ ਇਸ ਚੀਜ਼ ਦਾ। ਤੁਸੀਂ ਕਿਉਂ ਨਹੀਂ ਬੇੜਾ ਉਠਾ ਲੈਂਦੇ ਆ ਵਾਲਾ ਬੰਦਿਆਂ ਨੂੰ ਇਕੱਠਿਆਂ ਇਕੱਠਿਆਂ ਕਰਕੇ ਕੋਈ ਕਮੇਟੀ? ਸਾਡੇ ਵਾਲਾ ਕੰਮ ਨਹੀਂ ਹੈ, ਚੌਧਰੀ ਟਾਈਪ ਬੰਦੇ ਹੁਣ ਉਹ ਕਰਦੇ ਨੇ, ਸਾਡੇ ਵਾਲਾ ਕੰਮ ਨਹੀਂ। ਅਸੀਂ ਤਾਂ ਮਜ਼ਦੂਰਦਾਰ ਬੰਦੇ, ਰੋਟੀ ਨਹੀਂ ਕਮਾਈ ਜਾਂਦੀ। ਦੇਖੋ ਉਹਨਾਂ ਦੇ ਚੌਧਰੀ ਹੋਏ ਜਾਂ ਕਮੀ ਹੋਏ ਜਾਂ ਮਾੜਾ ਹੋਏ ਜਾਂ ਤਗੜਾ ਹੋਏ, ਕਬਰ ਉਹ ਹੀ ਹੋਣੀ ਹੈ, ਕਮੇਟੀ ਉਹ ਹੀ ਹੋਣੀ ਹੈ। ਇਹ ਸੋਚ ਤੇ ਨਹੀਂ ਨਾ ਸੋਚਣੀ ਚਾਹੀਦੀ। ਦੇਖੋ ਮਾੜੇ ਬੰਦੇ ਨੇ ਜਾ ਕਬਰਾਂ ਦੀ ਸਫਾਈ ਕਰਨੀ। ਦੇਖੋ ਜਿਹੜੇ ਲੋਕ ਇਲੈਕਸ਼ਨ ਲੜਦੇ ਨੇ, ਵੋਟ ਲੈਂਦੇ ਨੇ, ਇਹ ਉਹਨਾਂ ਨੂੰ ਸੋਚਣਾ ਚਾਹੀਦਾ। ਆਹ ਵੋਟ ਦਿੱਤੇ ਤੇ ਘਰ ਬਹਿ ਗਏ, ਠੀਕ ਹੈ, ਆਖਿਆ ਤਾਂ ਚਲ ਕਰ ਦਿੰਦੇ ਆ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਕਬਰਸਤਾਨਾਂ ਦੀ ਜਿਹੜੀ ਸਫਾਈ ਹੈ ਉਹ ਵੀ ਸਿਆਸਤਦਾਨਾਂ ਨੂੰ ਕਰਨੀ ਚਾਹੀਦੀ, ਉਹ ਬੰਦਾ ਰੱਖਣਾ ਚਾਹੀਦਾ ਉਹਨਾਂ ਨੂੰ। ਲਓ ਜੀ ਭਾਈ ਹੁੰਦਾ ਇਹ ਕਹਿਣਾ ਕਿ ਸਾਡਾ ਤੇ ਕੋਈ ਫਰਜ਼ ਨਹੀਂ, ਠੀਕ ਹੈ, ਇਹ ਜਿਹੜੇ ਸਿਆਸਤਦਾਨ ਜਿਹੜੇ ਸਾਡੇ ਕੋਲ ਵੋਟ ਲੈਂਦੇ ਨੇ ਉਹਨਾਂ ਨੂੰ ਚਾਹੀਦਾ ਸਾਡੇ ਕਬਰਸਤਾਨ ਜਿਹੜੀ ਹੈ ਨਾ ਉਹ ਸਫਾਈ ਵੀ ਕਰਨ। ਲਓ ਸੱਜਣੋ ਮਿੱਤਰੋ, ਬੇਲੀਓ ਵੀਰੋ ਤੇ ਭਰਾਓ, ਅੱਜ ਪੰਜਾਬੀ ਬੈਠਕ ਜਿਹੜਾ ਪ੍ਰੋਗਰਾਮ ਹੈ ਉਹ ਕਰਨੇ ਪਿਆ ਪਿੰਡ ਰੁੜਕੀ, ਤੇ ਅਸੀਂ ਕਬਰਸਤਾਨ ਆਏ ਹਾਂ ਵਿਊ ਲੈਣ ਵਾਸਤੇ। ਤੇ ਲੇਕਿਨ ਤੁਸੀਂ ਯਕੀਨ ਕਰੋ ਕਿ ਕਬਰਸਤਾਨ ਦੀ ਹਾਲਤ ਵੇਖ ਕੇ ਤੇ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਵੀ ਨਮ ਹੋ ਰਹੀਆਂ ਨੇ। ਕਿਉਂ ਕਿ ਅਸੀਂ ਇੱਥੇ ਕਾਫੀ ਜ਼ਿਆਦਾ ਉਹ ਜਿਹੀਆਂ ਕਬਰਾਂ ਦੇਖੀਆਂ ਨੇ। ਤੁਸੀਂ ਪਿੱਛੇ ਕਬਰਸਤਾਨ ਦੀ ਹਾਲਤ ਦੇਖ ਸਕਦੇ ਹੋ, ਜੜੀ ਬੂਟੀਆਂ ਉੱਗੀਆਂ ਨੇ, ਸਫਾਈ ਦਾ ਜਿਹੜਾ ਨਿਜ਼ਾਮ ਹੈ ਉਹ ਦੂਰ ਦੂਰ ਤੱਕ ਜਿਹੜਾ ਕਬਰਸਤਾਨ ਦਾ ਉਹ ਨਜ਼ਰ ਨਹੀਂ ਆਉਂਦਾ। ਤੇ ਮਿਰਜ਼ਾ ਸਾਹਿਬ ਨੂੰ ਮੈਂ ਬਿਲਖਸੂਸ ਇਹ ਕਹਾਂਗਾ ਕਿ ਥੋੜ੍ਹਾ ਜਿਹਾ ਅੱਗੇ ਆਓ, ਜਿਹੜੀ ਅਸੀਂ ਚੀਜ਼ ਵਹਾਉਣਾ ਚਾਹ ਰਹੇ ਹਾਂ ਅਸੀਂ ਉਹ ਵਹਾਈਏ। ਇਹ ਤੁਸੀਂ ਵੇਖੋ ਕਿ ਕਬਰਸਤਾਨ ਦੀਆਂ ਜਿਹੜੀਆਂ ਕਬਰਾਂ ਨੇ ਉਹ ਵੀ ਬੈਠ ਗਈ ਦੀਆਂ ਨੇ, ਇੱਕ ਨੇ ਤਕਰੀਬਨ ਅੱਗੇ ਆਓ ਮਿਰਜ਼ਾ ਸਾਹਿਬ, ਕਾਫੀ ਜ਼ਿਆਦਾ ਇਹ ਜਿਹੜੀਆਂ ਨੇ ਸੁਰੰਗਾਂ ਬਣ ਗਈ ਦੀਆਂ ਨੇ ਕਬਰਸਤਾਨ ਦੇ ਵਿੱਚ, ਜਿਹੜਾ ਕਿਉਂਕਿ ਤੁਹਾਨੂੰ ਇਹ ਵੀ ਪਤਾ ਅੱਜ ਕੱਲ ਬਾਰਿਸ਼ੀ ਮੌਸਮ ਹੈ ਤੇ ਜਿਹੜੀ ਬਾਰਿਸ਼ ਆਉਂਦੀ ਹੈ ਉਹ ਸਿੱਧੀ ਕਬਰ ਦੇ ਅੰਦਰ ਜਾਂਦੀ ਹੈ। ਸੋਚ ਦੇ ਨਾਲ ਹੀ ਕਹਿੰਦਾ ਪਿਆ ਇੱਥੇ ਕਿ ਸਾਰੀਆਂ ਕਬਰਾਂ ਬਹਿ ਗਈਆਂ ਨੇ, ਪਤਾ ਨਹੀਂ ਕਿ ਇਸ ਪਿੰਡ ਦੇ ਜਿਹੜੇ ਨੇ ਉਹ ਆਪਣਿਆਂ ਪਿਆਰਿਆਂ ਦੀ ਕਬਰਾਂ ਤੇ ਆ ਕੇ ਦੁਆ ਸ਼ਵਾ ਵੀ ਕਰਦੇ ਨੇ ਜਾਂ ਨਹੀਂ ਕਰਦੇ। ਤੇ ਹਾਲ ਤੁਸੀਂ ਵੇਖ ਲਵੋ, ਅਸੀਂ ਪਹਿਲਾ ਕਬਰਸਤਾਨ ਦੇਖਣੇ ਪਏ ਹਾਂ ਆਪਣੀ ਤਹਿਸੀਲ ਪਸਰੂਰ ਦਾ, ਕਿ ਜਿਹਦੀ ਹਾਲਤ ਇੰਨੀ ਜਿਹੜੀ ਹੈ ਉਹ ਜ਼ਾਰ ਹੈ। ਤੇ ਚਾਹੀਦਾ ਇਹ ਵੀ ਪਿੰਡ ਵਾਲਿਆਂ ਨੂੰ, ਅਸੀਂ ਇਹ ਵੀ ਸਾਨੂੰ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਕਬਰਸਤਾਨ ਦੀ ਸਫਾਈ ਵਾਸਤੇ ਐਲਾਨ ਵੀ ਕਰਵਾਏ ਗਏ ਨੇ ਕਿ ਯਾਰ ਆਓ ਮਿਲ ਜੁਲ ਕੇ ਕਬਰਸਤਾਨ ਦੀ ਸਫਾਈ ਵਗੈਰਾ ਕਰੀਏ। ਲੇਕਿਨ ਕਿਸੇ ਨੇ ਵੀ ਅੱਗੇ ਕਦਮ ਜਿਹੜਾ ਉਹ ਨਹੀਂ ਰੱਖਿਆ। ਕਬਰਸਤਾਨ ਦੀ ਸਫਾਈ ਵਗੈਰਾ ਹੋਣੀ ਚਾਹੀਦੀ ਹੈ। ਅਸੀਂ ਪੂਰੇ ਪਿੰਡ ਨੂੰ, ਰੁੜਕੀ ਪਿੰਡ ਦੇ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਅਸੀਂ ਇੱਕ ਪੰਜਾਬੀ ਬੈਠ ਦੇ ਜ਼ਰੀਏ ਇੱਕ ਮੈਸੇਜ ਦਿੰਦੇ ਹਾਂ ਕਿ ਯਾਰ ਇਹ ਦੁਨੀਆਦਾਰੀ ਨੂੰ ਛੱਡੋ, ਅੱਗੇ ਆਓ, ਵਧੋ ਤੇ ਕਬਰਸਤਾਨ ਦੀ ਜਿਹੜੀ ਹੈ ਨਾ ਇਹ ਤੁਸੀਂ ਵੇਖੋ ਕਿ ਇਹ ਕਬਰਾਂ ਜਿਹੜੀਆਂ ਨੇ ਪੂਰੀਆਂ ਦੀਆਂ ਪੂਰੀਆਂ ਕਬਰਾਂ ਜਿਹੜੀਆਂ ਨੇ ਉਹ ਬਹਿ ਗਈ ਦੀਆਂ ਨੇ। ਸਿਰਫ ਇਹਨਾਂ ਦੇ ਬਹਿਣ ਦੀ ਇੱਕੋ ਹੀ ਵਜ੍ਹਾ ਕਿ ਕਬਰਸਤਾਨ ਵੱਲ ਕਿਸੇ ਦੀ ਜਿਹੜੀ ਤਵੱਜਾ ਵੇ ਉਹ ਨਹੀਂ ਹੈਗੀ। ਤੇ ਖੁਦਾਰਾ ਜਿਸ ਤਰ੍ਹਾਂ ਤੁਸੀਂ ਆਪਣੇ ਘਰਾਂ ਦੀਆਂ ਕਰਦੇ ਹੋ, ਆਖਰੀ ਘਰ ਸਾਡਾ ਵੀ ਤੇ ਤੁਹਾਡਾ ਵੀ ਇਹੋ ਹੀ ਹੈ। ਇੱਥੇ ਹੀ ਆਉਣਾ ਤੇ ਇੱਥੇ ਲਾਜ਼ਮੀ ਆਓ, ਫਿਰ ਫੌਰ ਆਓ। ਜਿੰਨੇ ਵੀ ਪਿੰਡ ਰੁੜਕੀ ਦੇ ਨੌਜਵਾਨ ਨੇ ਕਬਰਸਤਾਨ 'ਚ ਆਓ, ਕਬਰਸਤਾਨ 'ਚ ਜਿਹੜੀ ਜੜੀ ਬੂਟੀ ਹੈ ਇਹਨੂੰ ਪੁੱਟੋ, ਇਹਨੂੰ ਸਪਰੇ ਕਰੋ, ਇਹਨੂੰ ਖਤਮ ਕਰੋ। ਬਿਹਤਰੀਨ ਇੱਥੇ ਪੌਦੇ ਵਗੈਰਾ ਜਿਹੜੇ ਨੇ ਉਹ ਲਾਓ ਤੇ ਜਿਹੜੀਆਂ ਕਬਰਾਂ ਬਹਿ ਗਈਆਂ ਨੇ ਤੁਹਾਡੇ ਵੱਡਿਆਂ ਦੀਆਂ ਸੁਰੰਗਾਂ ਬਣੀਆਂ ਨੇ, ਬਾਰਿਸ਼ ਦਾ ਪਾਣੀ ਕਬਰਾਂ ਦੇ ਅੰਦਰ ਜਾ ਰਿਹਾ ਤੇ ਕੰਮ ਅਜ਼ ਕੰਮ ਉਹਨਾਂ 'ਤੇ ਆ ਕੇ ਮਿੱਟੀ ਜ਼ਰੂਰ ਪਾਓ। ਆ ਕੇ ਡੇਰੀ ਦੀ ਬੇਸ 'ਤੇ ਆਪਣਿਆਂ ਪਿਆਰਿਆਂ ਦੇ ਕਬਰਾਂ 'ਤੇ ਫਾਤਿਹਾ ਖਾਨੀ ਜਿਹੜੀ ਹੈ ਉਹ ਕਰਿਆ ਕਰੋ ਤੇ ਬੜੇ ਦੁੱਖ ਦੇ ਨਾਲ
ਅੱਜ ਅਸੀਂ ਇਹ ਮੈਸੇਜ ਦਿੰਦੇ ਪਏ ਹਾਂ ਪਿੰਡ ਰੁੜਕੀ ਦੇ ਜਿਹੜੇ ਨੌਜਵਾਨ ਨੇ ਕਿ ਖੁਦਾਰਾ ਬਹਿ ਕੇ ਅਸੀਂ ਇਹ ਵੀ ਵੇਖਿਆ ਕਿ ਤਾਸ਼ ਖੇਡਦੇ ਪਏ ਨੇ ਕਬਰਸਤਾਨ ਦੇ ਵਿੱਚ, ਲੇਕਿਨ ਕਬਰਸਤਾਨ ਦੀਆਂ ਜਿਹੜੀਆਂ ਆਪਣਾ ਕਬਰਾਂ ਨੇ ਉਹ ਬਹਿ ਗਈਆਂ ਨੇ, ਇਹਨਾਂ ਵੱਲ ਕਿਸੇ ਦੀ ਜਿਹੜੀ ਹੈ ਉਹ ਤਵੱਜਾ ਵਗੈਰਾ ਨਹੀਂ ਹੈਗੀ। ਅਤੇ ਦੁਨੀਆਂ ਦੇ ਕੰਮ ਤਾਂ ਦੁਨੀਆਂ ਦੇ ਹੁੰਦੇ ਰਹਿਣੇ ਨੇ, ਲੇਕਿਨ ਖੁਦਾਰਾ ਖੁਦਾਰਾ ਇਹ ਸਾਡੀ ਤੁਹਾਡੀ ਸਾਰਿਆਂ ਦੀ ਆਰਾਮਗਾਹ ਹੈ। ਕਬਰਸਤਾਨ ਦੇ ਵਿੱਚ ਆ ਕੇ ਤਾਸ਼ ਖੇਡਣਾ ਕੋਈ ਬੜੀ ਗੱਲ ਨਹੀਂ, ਕਿਉਂਕਿ ਇੱਥੇ ਇਹ ਕਿਬਰਤ ਦੀ ਜਾ ਹੈ। ਅਤੇ ਇੱਥੇ ਆਓ, ਇੱਥੇ ਆ ਕੇ ਆਪਣੇ ਪਿਆਰਿਆਂ ਕਬਰਾਂ ਦੇਖੋ, ਪਾਣੀ ਬਾਰਿਸ਼ਾਂ ਦੇ ਵਿੱਚ ਵੜਦਾ ਪਿਆ, ਲੇਕਿਨ ਸਾਰੇ ਪਿੰਡ ਨੂੰ ਇਕੱਠਿਆਂ ਹੋ ਕੇ ਚਾਹੀਦਾ ਕਬਰਸਤਾਨ ਦੀ ਬਿਹਤਰੀ ਵਾਸਤੇ ਮਿੱਟੀ ਸਟਵਾਉਣ, ਪੌਦੇ ਲਾਉਣ, ਜੜੀ ਬੂਟੀਆਂ ਨੂੰ ਖਤਮ ਕਰਨ, ਤਾਂ ਕਿ ਬਾਹਰੋਂ ਕੋਈ ਬੰਦਾ ਇੱਥੇ ਦੁਆ ਕਰਨ ਆਏ ਅਤੇ ਉਹਨੂੰ ਕਿਸੇ ਕਿਸਮ ਦੀ ਦੁਸ਼ਵਾਰੀ ਦਾ ਜਿਹੜਾ ਸਾਹਮਣਾ ਉਹ ਨਾ ਕਰਨ।